ਸ੍ਰੀ ਅਮਰਦਾਸ ਹਿਰ ਦੈਨਿਤ ਧਿਆਵੋ ਜਿਹਰ ਦੈਨਿਤ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਜੀ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜੁਨ ਬੇਗਾਨਨ ਕੇ ਨਾਸਕ ਜੀ ਬੇਗਾਨਨ ਕੇ ਨਾਸਕ ਸ੍ਰੀ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ ਸ਼੍ਰੀ ਹਰ ਕ੍ਰਿਸ਼ਨ ਮਨਾਵੋ ਬਹੋਰੀ ਜੀ ਤੇਗ ਬਹਾਦੁਰ ਪਰਮਾ ਕਿਰ ਪਾਲਾ ਜੀ ਪਰਮਾ ਕਿਰ ਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜੀ ਬੰਦੋਂ ਬਾਰ ਬਾਰ ਜਗਦੀਸਾ ਜਾ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਜੀਵਨ ਕਰ ਅਨੁਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਨਿਬੰਧੋ ਕਰ ਅਨੁਰਾਗ
ਏਕੰਕਾਰਾ ਸਤਿਗੁਰੂ ਜਿਹੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨਾ ਵਿਨਾਸ਼ਨਾ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਜੀ ਬਿਗਨਾ ਵਿਨਾਸ਼ਨਾ ਸੋਏ ਹਾਂਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਬ ਸਤਿਗੁਰ ਸਿੱਖਣ ਸਨ ਕਹਿਓ ਕਰਨ ਫਰੇਬ ਹੁਮੂ ਸੰਗ ਚਹਿਓ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਬੜੇ ਹੀ ਦੀਨ ਦਿਆਲ ਕਿਰਪਾ ਨਿਧ ਗੁਣੀ ਨਿਧਾਨ ਅਪਾਰ ਅਪਾਰ ਬਖਸ਼ਿਸ਼ਾਂ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਗੁਰਦੇਵ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਦਿਦਾਰੇ ਕਰ ਰਹੀ ਆਪ ਸਰਬੱਤ ਗੁਰੂ ਕੀ ਸਾਜੀ ਨਵਾਜੀ ਗੁਰੂ ਕਾ ਖਾਸ ਰੂਪ ਅਤ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਤ ਸੰਗਤ ਜੀ ਬੜੇ ਵਡਭਾਗੀ ਹੋ ਧੰਨਵਾਨ ਹੋ ਜੋ ਮਨੁੱਖਾ ਜਨਮ ਅੰਦਰ ਇਹ ਸਮਾਂ ਪ੍ਰਾਪਤ ਹੋਇਆ ਹੈ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਕੁਝ ਪਲ ਕੁਝ ਸਮਾਂ ਲਿਵ ਜੁੜ ਕੇ ਬੈਠਣ ਦਾ ਮਹਾਰਾਜ ਜੀ ਦਾ ਫਰਮਾਨ ਹੈ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਉ ਬੜੇ ਉੱਚੇ ਭਾਗ ਜਾਣੋ ਵੀ ਇਹ ਸਤਸੰਗਤ ਦਾ ਸਮਾਂ ਪ੍ਰਾਪਤ ਹੋਇਆ ਆਓ ਜਿੱਥੇ ਬੜੇ ਪ੍ਰੇਮ ਸ਼ਰਧਾ ਪਿਆਰ ਸਹਿਤ ਆਪ ਸਰਬੱਤ ਸੰਗਤ ਜੀ ਨੇ ਅੰਮ੍ਰਿਤਮਈ ਗੁਰਬਾਣੀ ਕੀਰਤਨ ਦੇ ਨਾਲ ਸਾਂਝ ਬਣਾਉਣਾ ਕੀਤੀ ਵੇਲਾ ਵਕਤ ਹੋਇਆ ਹੈ ਇਸ ਪਾਵਨ ਅਸਥਾਨ ਦੀ ਮਰਿਆਦਾ ਅਨੁਸਾਰ ਲੜੀਵਾਰ ਗੁਰ ਇਤਿਹਾਸ ਦੀ ਕਥਾ ਵਾਰਤਾ ਦੇ ਨਾਲ ਸਾਂਝ ਬਣਾਉਣ ਦਾ ਸੋ ਜਿੱਥੇ ਕਿਤੇ ਵੀ ਬੈਠੇ ਹਾਂ ਇੱਕ ਵਾਰ ਕਲਗੀਧਰ ਪਿਤਾ ਦਸ਼ਮੇਸ਼ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਬਖਸ਼ਿਸ਼ ਫਤਿਹ ਪ੍ਰਵਾਨੀਏ ਬੜੇ ਅਦਬ ਦੇ ਨਾਲ ਦੋਵੇਂ ਹੱਥ ਜੋੜ ਕੇ ਝੁਕਾਈਏ ਗੁਰੂ ਚਰਨਾਂ ਵਿੱਚ ਆਪਣਾ ਸੀਸ ਮਨੋ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਹੈ ਇਹ ਮੇਰੇ ਬਾਜਾਂ ਵਾਲੇ ਸਤਿਗੁਰੂ ਨੀਲੇ ਦੇ ਸ਼ਾਹ ਸਵਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ
ਸਾਹਿਬ ਜੀ ਆਪਣੇ ਸੇਵਕ ਪਿਆਰਿਆਂ ਨੂੰ ਇਹ ਗੱਲ ਸਮਝਾ ਰਹੇ ਨੇ ਵੀ ਮੁਗਲ ਸ਼ਾਸਕਾਂ ਦੇ ਉੱਪਰ ਸਾਨੂੰ ਰੱਤੀ ਭਰ ਵੀ ਵਿਸ਼ਵਾਸ ਨਹੀਂ, ਕਿਉਂਕਿ ਇਹਨਾਂ ਸ਼ਾਸਕਾਂ ਨੇ ਸਮੇਂ ਸਮੇਂ 'ਤੇ ਸਾਨੂੰ ਧੋਖਾ ਦਿੱਤਾ ਹੈ। ਸਤਿਸੰਗਤ ਜੀ, ਜੇਕਰ ਅਸੀਂ ਰਾਜਨੀਤੀ ਨੂੰ ਸਮਝ ਜਾਈਏ ਤਾਂ ਸਾਡੀ ਕੌਮ ਬਹੁਤ ਤਰੱਕੀ ਵਿੱਚ ਜਾਏਗੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਰਾਜਨੀਤੀ ਨੂੰ ਸਮਝਦੇ ਸਨ। ਉਹਨਾਂ ਨੂੰ ਪਤਾ ਸੀ ਵੀ ਜੇ ਦੁਸ਼ਮਣ ਮੇਰੇ ਨਾਲ ਪ੍ਰੇਮ ਦਾ ਵਿਵਹਾਰ ਕਰ ਰਿਹਾ ਹੈ ਤਾਂ ਇਹਦੇ ਵਿੱਚ ਵੀ ਦੁਸ਼ਮਣ ਦੀ ਕੋਈ ਨੀਤੀ ਹੈ। ਅਸੀਂ ਉਹਨੂੰ ਪ੍ਰੇਮ ਸਮਝ ਲੈਂਦੇ, ਅਸੀਂ ਉਹਨੂੰ ਵਿਸ਼ਵਾਸ ਭਰੋਸੇ ਵਿੱਚ ਲੈ ਕੇ ਆਪਣੇ ਪੈਰਾਂ 'ਤੇ ਆਪ ਕੁਲਾੜੀ ਮਾਰ ਬੈਠਦੇ, ਪਰ ਮਹਾਰਾਜ ਇੱਦਾਂ ਨਹੀਂ ਸਨ। ਲੀਡਰ ਕੌਣ ਹੈ, ਨਾਇਕ ਕੌਣ ਹੈ ਜਿਹੜਾ ਆਪਣੇ ਵੈਰੀ ਨੂੰ ਪਹਿਲਾਂ ਹੀ ਭਾਂਫ ਲਵੇ ਉਹਦੀਆਂ ਗੱਲਾਂ ਤੋਂ ਵੀ ਇਹ ਕੀ ਕਹਿਣਾ ਚਾਹੁੰਦਾ ਹੈ, ਉਹ ਨਾਇਕ ਹੈ। ਭਾਰਤ ਦੀ ਧਰਤੀ 'ਤੇ ਬਹੁਤ ਨਾਇਕ ਹੋਏ, ਮਹਾਰਾਣਾ ਪ੍ਰਤਾਪ ਵਰਗੇ, ਜਿਨ੍ਹਾਂ ਨੇ ਆਪਣੇ ਸਾਹਮਣੇ ਵਾਲੇ ਦੁਸ਼ਮਣ ਦੀਆਂ ਅੱਖਾਂ ਪੜ੍ਹ ਲਈਆਂ ਸਨ। ਕਿਉਂਕਿ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇੱਕ ਧਾਰਮਿਕ ਲੀਡਰ ਨੇ, ਇੱਕ ਧਾਰਮਿਕ ਆਗੂ ਨੇ, ਧਰਮ ਦੇ ਖੇਤਰ ਵਿੱਚ ਲੋਕਾਂ ਨੂੰ ਇੱਕ ਮਾਰਗ 'ਤੇ ਲੈ ਕੇ ਜਾ ਰਹੇ ਨੇ, ਅਸੀਂ ਭੁੱਲੀਏ ਨਾ ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਾਦਸ਼ਾਹ ਵੀ ਨੇ, ਉਹ ਕਿੰਗ ਵੀ ਨੇ। ਉਹਨਾਂ ਦਾ ਆਪਣਾ ਇੱਕ ਸਾਮਰਾਜ ਹੈ ਜਿਸ ਸਾਮਰਾਜ ਨੂੰ ਅੱਜ ਅਸੀਂ ਵੀ ਨਾਮ ਲੈ ਕੇ ਪੁਕਾਰਦੇ ਹਾਂ। 1699 ਦੀ ਵਿਸਾਖੀ ਨੂੰ ਜਿਸ ਪਾਤਸ਼ਾਹ ਨੇ ਵੰਗਾਰ ਕੇ ਆਖਿਆ ਮੈਨੂੰ ਇੱਕ ਸਿਰ ਚਾਹੀਦਾ ਹੈ, ਜਿਸ ਸਲਤਨਤ ਦੇ ਵਿੱਚੋਂ ਸਿਰ ਮੰਗਿਆ ਉਹ ਸੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ। ਕੇਸਗੜ੍ਹ ਦਾ ਮਤਲਬ ਹੈ ਕਿਲ੍ਹਾ, ਅਨੰਦਪੁਰ ਸਾਹਿਬ ਸ਼ਹਿਰ ਹੈ। ਇਹ ਸਲਤਨਤ ਸੀ ਖਾਲਸੇ ਦੀ। ਅੱਜ ਵੀ ਤੁਸੀਂ ਜਦੋਂ ਅੰਮ੍ਰਿਤ ਪਾਨ ਕਰਦੇ ਹੋ, ਇੱਕ ਨਵਾਂ ਜਨਮ ਮਿਲਦਾ ਹੈ, ਅਤੇ ਸਿੱਖਾਂ ਨੂੰ ਕਿਹਾ ਜਾਂਦਾ ਵੀ ਤੁਹਾਡਾ ਧਾਰਮਿਕ ਐਡਰੈਸ ਕੀ ਹੈ, ਤੁਹਾਡਾ ਅਸਲ ਘਰ ਕੀ ਹੈ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ, ਇਹ ਸਾਡਾ ਧਾਰਮਿਕ ਐਡਰੈਸ ਹੈ। ਸਾਡੇ ਧਰਮ ਦੇ ਪਿਤਾ ਕੌਣ ਨੇ, ਦੁਨਿਆਵੀ ਪਿਤਾ ਉਹ ਜਿਨ੍ਹਾਂ ਨੇ ਸਾਨੂੰ ਪਾਲਿਆ, ਸਾਡੇ ਧਰਮ ਦੇ ਪਿਤਾ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧਰਮ ਦੀ ਮਾਤਾ ਹੈ ਮਾਤਾ ਸਾਹਿਬ ਕੌਰ ਜੀ। ਖਾਲਸੇ ਦਾ ਜਨਮ ਭੂਮੀ ਉਹ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦਾ, ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਾਦਸ਼ਾਹ ਬਣ ਕੇ ਸਾਰਿਆਂ ਦੇ ਨਾਲ ਇੱਕ ਡੀਲ ਕਰਦੇ ਨੇ, ਇੱਕ ਵਿਚਾਰ ਕਰਦੇ ਨੇ। ਮਹਾਰਾਜ ਜਾਣਦੇ ਨੇ ਕਿਹੜਾ ਚੰਗਾ ਅਤੇ ਕਿਹੜਾ ਮਾੜਾ ਹੈ। ਇਸ ਕਰਕੇ ਦਿੱਲੀ ਦਾ ਜੋ ਉਸ ਟਾਈਮ ਦਾ ਮੁਖੀ ਸੀ ਉਹ ਸੀ ਬਹਾਦੁਰ ਸ਼ਾਹ। ਬਹਾਦੁਰ ਸ਼ਾਹ ਕਈ ਨਾਮ ਹੋਏ ਨੇ, ਲੇਕਿਨ ਮੁੱਖ ਤੌਰ 'ਤੇ ਇੱਕ ਨਾਮ ਬਹਾਦੁਰ ਸ਼ਾਹ ਹੁੰਦਾ ਹੈ, ਦੂਸਰਾ ਹੁੰਦਾ ਬਹਾਦੁਰ ਸ਼ਾਹ ਜ਼ਫਰ, ਜਿਸ ਨੂੰ ਅੰਗਰੇਜ਼ਾਂ ਨੇ ਫੜ ਕੇ ਰੰਗੂਨ ਭੇਜ ਦਿੱਤਾ ਸੀ, ਜੋ 1857 ਦੀ ਕ੍ਰਾਂਤੀ ਦੇ ਵਿੱਚ ਜਿਸ ਦਾ ਹਿੱਸਾ ਮੰਨਿਆ ਜਾਂਦਾ। ਖੈਰ ਉਹ ਗੱਲ ਵੱਖਰੀ ਹੈ, ਇਹ ਬਹਾਦੁਰ ਸ਼ਾਹ ਪਹਿਲਾ ਹੈ। ਔਰੰਗਜ਼ੇਬ ਦਾ ਪੁੱਤਰ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜੰਗ ਵਿੱਚ ਇਹਦੀ ਮਦਦ ਕੀਤੀ ਹੈ, ਇਸ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸਹਾਇਤਾ ਲਈ ਹੈ, ਪਰ ਮਹਾਰਾਜ ਜੀ ਇਸ ਉੱਪਰ ਵਿਸ਼ਵਾਸ ਨਹੀਂ ਕਰਦੇ।
ਉਹਦਾ ਕਾਰਨ ਇਸ ਦੀਆਂ ਨੀਤੀਆਂ, ਇਸ ਦੀਆਂ ਗੱਲਾਂ ਵਾਰ ਵਾਰ ਬਦਲਦੀਆਂ ਜਾ ਰਹੀਆਂ ਨੇ। ਮਹਾਰਾਜ ਜਾਣ ਚੁੱਕੇ ਸਨ ਵੀ ਇੱਕ ਥਾਂ ਪੈਰ ਲਗਾਉਣ ਵਾਲਾ ਨਹੀਂ। ਇਸ ਕਰਕੇ ਹੁਣ ਜੋ ਪ੍ਰਸੰਗ ਚੱਲਦਾ ਹੈ, ਇੱਥੇ ਮਹਾਰਾਜ ਜੀ ਨੇ ਆਖਿਆ ਹੈ ਵੀ ਮੈਨੂੰ ਇਹਨਾਂ ਉੱਪਰ ਵਿਸ਼ਵਾਸ ਨਹੀਂ ਹੈ, ਇਹ ਕਦੀ ਵੀ ਧੋਖਾ ਦੇ ਸਕਦੇ ਨੇ, ਪਰ ਜਿੰਨਾ ਚਿਰ ਇਹ ਮਿਲ ਕੇ ਚੱਲਦੇ ਨੇ ਉਹਨਾਂ ਚਿਰ ਇਹਨਾਂ ਦੇ ਨਾਲ ਮਿਲ ਕੇ ਚੱਲਿਆ ਜਾਵੇ। ਆਓ ਇੱਥੋਂ ਪ੍ਰਸੰਗ ਦੀ ਆਰੰਭਤਾ ਕਰਦੇ ਹਾਂ ਜੀ। ਬੜੇ ਪਿਆਰ ਵਿੱਚ ਭਿੱਜ ਕੇ ਰਸਨਾ ਨੂੰ ਕਰੋ ਪਵਿੱਤਰ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਦਿੱਲੀ ਮੈਂ ਸਿੱਖੀ ਮਗੋਰਾ ਜਥਾ ਮਲਮਾ ਕੰਚਨ ਕੇਰਾ। ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਦਿੱਲੀ ਆਏ ਨੇ। ਪਹਿਲਾਂ ਦਿੱਲੀ ਰੁਕੇ ਸਨ, ਉਹਦਾ ਇਤਿਹਾਸ ਮਿਲਦਾ ਤੁਰਕਮਾਨ ਗੇਟ ਦੇ ਨੇੜੇ। ਤਖ਼ਤ ਸ਼੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਹੁੰਚੇ, ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਦਿੱਲੀ ਤੋਂ ਪੰਜਾਬ ਵੱਲ ਜਾਂਦੇ ਨੇ, ਮਿਲਦੇ ਨੇ, ਮਹਾਰਾਜ ਜੀ ਦੇ ਨਾਲ ਰਹਿੰਦੇ ਨੇ। ਹੁਣ ਜਦੋਂ ਦੁਬਾਰਾ ਬਹਾਦਰ ਸ਼ਾਹ ਦੇ ਕਹਿਣ 'ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਿੱਲੀ ਵਿਖੇ ਆਏ ਨੇ ਅਤੇ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਗੁਰਦੇਵ ਪਾਤਸ਼ਾਹ ਜੀ ਦੇ ਨਾਲ ਹਨ, ਇਸ ਕਰਕੇ ਸਾਰਾ ਜਥਾ ਸਿੱਖਾਂ ਦਾ ਉਹ ਮਹਾਰਾਜ ਜੀ ਦੇ ਨਾਲ ਹੀ ਚੱਲਦਾ ਹੈ ਜੀ। ਸੋ ਦਿਨ ਬਿਤਿਓ ਪ੍ਰਾਤ ਪੁਨ ਪਈ ਸੰਗਤ ਸਕਲ ਦਰਸ਼ਕੋ ਗਈ। ਤੇ ਮਹਾਰਾਜ ਜੀ ਦਾ ਜਿਹੜਾ ਠਹਿਰਨ ਦਾ ਸਥਾਨ ਹੈ, ਜੋ ਦਿੱਲੀ ਵਿੱਚ ਆ ਕੇ ਜਿੱਥੇ ਠਹਿਰੇ ਨੇ, ਵੇਖੋ ਕਿੰਨੀ ਕਰਮਾਂ ਵਾਲੀ ਧਰਤੀ ਹੈ ਨਾ ਇਹ ਵੀ। ਗੁਰੂ ਨਾਨਕ ਸਾਹਿਬ ਜੀ ਦਿੱਲੀ ਵਿੱਚ ਆਏ, ਗੁਰਦੁਆਰਾ ਨਾਨਕ ਪਿਓ ਸਾਹਿਬ ਆਪ ਜੀ ਦਰਸ਼ਨ ਕਰੋ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਿੱਲੀ ਵਿੱਚ ਆਏ, ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਦਰਸ਼ਨ ਕਰੋ। ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਿੱਲੀ ਵਿੱਚ ਆਏ, ਗੁਰਦੁਆਰਾ ਬੰਗਲਾ ਸਾਹਿਬ ਦਰਸ਼ਨਾਂ ਵਾਸਤੇ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਵਿੱਚ ਆਏ, ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਾਤਸ਼ਾਹ ਵੀ ਦਿੱਲੀ ਦੇ ਵਿੱਚ ਆਏ ਨੇ। ਕਿੰਨੇ ਗੁਰੂ ਸਾਹਿਬਾਨਾਂ ਦੇ ਚਰਨ ਇਸ ਧਰਤੀ 'ਤੇ ਪਏ ਨੇ। ਸੋ ਸਤਿਗੁਰੂ ਜੀ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ, ਗੁਰਦੁਆਰਾ ਮੋਤੀ ਬਾਗ ਸਾਹਿਬ ਦਸਵੇਂ ਪਾਤਸ਼ਾਹ ਜੀ ਦਾ ਸਥਾਨ ਹੈ, ਜਿੱਥੇ ਮਹਾਰਾਜ ਜੀ ਆ ਕੇ ਠਹਿਰੇ ਸਨ, ਇੱਥੇ ਮਹਾਰਾਜ ਜੀ ਨੇ ਆ ਕੇ ਪੜਾਅ ਕੀਤਾ। ਕੁਝ ਇਤਿਹਾਸਕਾਰਾਂ ਦੇ ਮੁਤਾਬਕ ਇਹਨੂੰ ਮੋਤੀ ਬਾਗ ਕਿਉਂ ਕਿਹਾ ਜਾਂਦਾ ਹੈ, ਕਿਉਂਕਿ ਇੱਥੇ ਸ਼ਾਹੀ ਗਹਿਣੇ ਤਿਆਰ ਕੀਤੇ ਜਾਂਦੇ ਸਨ। ਇਹੋ ਇਲਾਕਾ ਸੀ ਜਿੱਥੇ ਮੋਤੀਆਂ ਦੀ ਕਟਾਈ, ਮੋਤੀਆਂ ਤੋਂ ਮਾਲਾ ਵਗੈਰਾ ਆਦਿ ਤਿਆਰ ਕੀਤੀਆਂ ਜਾਂਦੀਆਂ ਸਨ, ਇਸ ਕਰਕੇ ਇਹਨੂੰ ਮੋਤੀ ਬਾਗ ਆਖਿਆ ਗਿਆ। ਕੁਝ ਇਤਿਹਾਸਕਾਰਾਂ ਦੇ ਮੁਤਾਬਕ ਇੱਥੇ ਇੱਕ ਬਾਗ ਸੀ ਜਿੱਥੇ ਮੋਤੀਆਂ ਵਰਗੇ ਫੁੱਲ ਸਨ, ਤਾਂ ਇਹਨੂੰ ਮੋਤੀ ਬਾਗ। ਸੋ ਜੋ ਵੀ ਇਤਿਹਾਸਕਾਰਾਂ ਦੀ ਰਾਏ ਉਹਦੇ ਮੁਤਾਬਕ ਇਹ ਸਥਾਨ 'ਤੇ ਆ ਕੇ ਮਹਾਰਾਜ, ਬੜਾ ਸੁੰਦਰ ਰਮਣੀਕ ਸਥਾਨ ਹੈ, ਇੱਥੇ ਆ ਕੇ ਮਹਾਰਾਜ ਜੀ ਨੇ ਪੜਾਅ ਕੀਤਾ। ਘਰ ਬੰਧਨ ਬੈਠੇ ਜਬ ਪਾਸੀ ਸ੍ਰੀ ਮੁਖ ਦੇ ਤਬ ਗਿਰਾ ਪ੍ਰਕਾਸ਼ੀ। ਬੜੀ ਸੰਗਤ ਜੋ ਦਿੱਲੀ ਵਿੱਚ ਗੁਰੂ ਦਰਸ਼ਨਾਂ ਦੇ ਵਾਸਤੇ ਉਤਾਵਲੀ ਹੈ, ਉਹ ਦਰਸ਼ਨਾਂ ਵਾਸਤੇ ਆਈ ਹੈ, ਭੇਟਾਵਾਂ ਰੱਖੀਆਂ ਨੇ,
ਗੁਰੂ ਸਾਹਿਬ ਜੀ ਦੇ ਚਰਨ ਸਪਰਸ਼ ਕੀਤੇ ਨੇ ਤੇ ਮਹਾਰਾਜ ਜੀ ਤੋਂ ਪਿਆਰ ਲਿਆ ਹੈ। ਨੋ ਮੈਂ ਸਤਿਗੁਰ ਜੈ ਸਸਕਾਰੇ ਤਿਸ ਥਲ ਕੋ ਕੀ ਜੈ ਨਿਰਧਾਰੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਖਿਆ ਹੁਣ ਡਰਨ ਦੀ ਲੋੜ ਨਹੀਂ, ਨੌਰੰਗੇ ਦਾ ਔਰੰਗੇ ਦਾ ਡਰ ਖਤਮ ਹੋ ਚੁੱਕਿਆ। ਕਿਉਂਕਿ ਮਹਾਰਾਜ ਜਦੋਂ ਔਰੰਗਜ਼ੇਬ ਬਾਦਸ਼ਾਹ ਨੂੰ ਮਿਲਣ ਚੱਲੇ ਤੇ ਰਾਹ ਦੇ ਵਿੱਚ ਖਬਰ ਮਿਲੀ ਵੀ ਔਰੰਗਜ਼ੇਬ ਚੜ੍ਹਾਈ ਕਰ ਗਿਆ, ਸੋ ਸਤਿਗੁਰੂ ਜੀ ਰੁਕ ਗਏ ਸਨ। ਬਹਾਦਰ ਸ਼ਾਹ ਨੂੰ ਵੀ ਆਪਣੇ ਪਿਓ ਦਾ ਡਰ ਸੀ। ਜਦੋਂ ਔਰੰਗਜ਼ੇਬ ਪੂਰਾ ਹੋ ਗਿਆ, ਖਤਮ ਹੋ ਗਿਆ, ਮੁੱਕ ਗਿਆ, ਬਹਾਦਰ ਸ਼ਾਹ ਦੇ ਹੱਥ ਵਿੱਚ ਕਮਾਨ ਆ ਗਈ ਹੈ, ਕਿਉਂਕਿ ਬਹਾਦਰ ਸ਼ਾਹ ਜੀ ਗੁਰੂ ਸਾਹਿਬ ਜੀ ਦੇ ਨਾਲ ਨੇੜਤਾ ਮਿੱਤਰਤਾ ਹੀ ਹੈ। ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਵੀ ਜਿੱਥੇ ਮੇਰੇ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜਿੱਥੇ ਉਹ ਆ ਕੇ ਠਹਿਰੇ, ਜਿੱਥੇ ਉਹਨਾਂ ਨੇ ਪੜਾਅ ਕੀਤਾ ਅਤੇ ਸ਼ਹੀਦੀ ਹੋਈ, ਉਸ ਅਸਥਾਨ ਦੀ ਖੋਜ ਕੀਤੀ ਜਾਵੇ, ਉਸ ਅਸਥਾਨ ਦੀ ਪੜਚੋਲ ਕੀਤੀ ਜਾਵੇ। ਆਗੇ ਅਵਰੰਗ ਤੇ ਡਰ ਪਾਓ, ਅਬ ਨਾ ਰਹਿਓ ਮੰਦਰ ਬਨਵਾਓ। ਮਨ ਦੇ ਅੰਦਰ ਕੋਈ ਵੀ ਡਰ ਨਾ ਰੱਖੋ, ਉਸ ਅਸਥਾਨ ਦੀ ਖੋਜ ਕਰੋ ਭਾਈ, ਤੇ ਖੋਜ ਕਰਕੇ ਉੱਥੇ ਉਸਾਰੀ ਕਰਵਾਓ। ਸੁਣ ਕੈਸੇ ਗਏ ਤਬ ਸਿਆਣੇ, ਜੈ ਸੰਸਕਾਰ ਜੋ ਤੈ ਜਾਣੇ। ਜਿੱਥੇ ਮਹਾਰਾਜ ਜੀ ਦਾ ਸੰਸਕਾਰ ਹੋਇਆ ਉਸ ਅਸਥਾਨ ਦੀ ਵੀ ਖੋਜ ਕੀਤੀ ਜਾਵੇ, ਉੱਥੇ ਵੀ ਇਮਾਰਤਾਂ ਉਸਾਰ ਦਿੱਤੀਆਂ ਜਾਣ, ਨਿਸ਼ਾਨੀਆਂ ਬਣਾ ਦਿੱਤੀਆਂ ਜਾਣ। ਨਿਰਣੈ ਕਰਿਓ ਲਿਓ ਥਲ ਸੋ, ਬਨਵਾਇਓ ਮੰਦਰ ਸਭ ਕੋ। ਸਤਿਗੁਰੂ ਜੀ ਮਹਾਰਾਜ ਜੀ ਦੇ ਮਨ ਦੀ ਚਾਹਨਾ ਸੀ ਵੀ ਇੱਥੇ ਅਸਥਾਨ ਬਣਾ ਕੇ ਇਹਨਾਂ ਅਸਥਾਨਾਂ ਵਿੱਚ ਧਰਮ ਦੀਆਂ ਨਿਸ਼ਾਨੀਆਂ ਕਾਇਮ ਕੀਤੀਆਂ ਜਾਣ। ਵੈਸੇ ਖਾਲਸੇ ਅਤੇ ਗੁਰਮਤਿ ਦੇ ਅੰਦਰ ਇਹ ਬਿਲਕੁਲ ਸਪਸ਼ਟ ਲਿਖਿਆ ਵੀ ਕਿਸੇ ਵੀ ਮੜੀ ਮਸਾਣ ਦੇ ਉੱਪਰ ਮੱਥਾ ਟੇਕਣਾ, ਸਿਰ ਝੁਕਾਉਣਾ ਇਹ ਮਨਮਤ ਹੈ। ਪਰ ਇਸ ਦਾ ਇੱਕ ਦੂਸਰਾ ਪੱਖ ਹੈ, ਜਿੱਥੇ ਕੋਈ ਸ਼ਹਾਦਤ ਹੋਈ ਹੋਵੇ ਉੱਥੇ ਨਿਸ਼ਾਨੀ ਬਣਾ ਕੇ ਉਸ ਸ਼ਹਾਦਤ ਦੇ ਨਾਲ ਲੋਕਾਂ ਨੂੰ ਇੰਸਪਾਇਰ ਕੀਤਾ ਜਾਵੇ, ਜਗਾਇਆ ਜਾਵੇ ਵੀ ਇਹ ਦੁਨੀਆਂ ਦੇ ਲੋਕੋ, ਜੇ ਕਿਸੇ ਨੇ ਧਰਮ ਵਾਸਤੇ ਸਿਰ ਦਿੱਤਾ ਤਾਂ ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਨ। ਮਰੀਆਂ ਜ਼ਮੀਰਾਂ ਵਿੱਚ ਜਿੱਥੋਂ ਇੱਕ ਰੂਹ ਫੂਕੀ ਜਾਵੇ, ਜਿੱਥੋਂ ਇੱਕ ਰੌਸ਼ਨੀ ਮਿਲੇ, ਉਹਨਾਂ ਅਸਥਾਨਾਂ ਨੂੰ ਬਣਾ ਕੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਲੈਣੀ ਕੋਈ ਗਲਤ ਨਹੀਂ। ਗੁਰੂ ਧਾਮ ਉਹਨਾਂ ਥਾਵਾਂ 'ਤੇ ਉਸਾਰੇ ਗਏ, ਉਹਨਾਂ ਥਾਵਾਂ ਦੇ ਉੱਪਰ ਅੱਜ ਵੀ ਇਹ ਸਥਾਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ। ਮੈਨੂੰ ਬਹੁਤਾ ਜ਼ਿਆਦਾ ਮੁੱਢ ਕਦੀਮੀ ਇਤਿਹਾਸ ਨਹੀਂ ਪਤਾ, ਲੇਕਿਨ ਜੋ ਪਤਾ ਲੱਗਾ ਉਹਦੇ ਮੁਤਾਬਕ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਇਸ ਅਸਥਾਨ 'ਤੇ ਜਦੋਂ ਚਲਾਣਾ ਹੋਇਆ, ਸ਼ਹੀਦੀ ਪ੍ਰਾਪਤ ਕੀਤੀ ਅਤੇ ਬੋਰਡ ਲੱਗਾ ਹੋਇਆ ਸੀ ਜਿਹੜਾ ਪਾਸੇ ਰੱਖਿਆ ਸਾਈਡ 'ਤੇ ਸੀਸੇ ਵਿੱਚ ਬਣਾ ਕੇ, ਇਹ ਬੋਰਡ ਇਸ ਅਸਥਾਨ 'ਤੇ ਸੀ। ਇਸ ਅਸਥਾਨ 'ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਲਹੂ ਡੁੱਲਾ ਸੀ। ਇੱਕ ਬਿਰਧ ਮਾਤਾ ਨੂੰ ਲੱਭਿਆ ਗਿਆ ਜਿਹਨੇ ਆਪਣੀਆਂ ਅੱਖਾਂ ਦੇ ਨਾਲ ਇਹ ਸਾਰਾ ਕੌਤਕ ਦੇਖਿਆ। ਜੋ ਮੈਨੂੰ ਸਮਝ ਆਈ, ਜੋ ਮੈਨੂੰ ਪਤਾ ਲੱਗਾ ਉਹਦੇ ਮੁਤਾਬਕ ਉਸ ਮਾਤਾ ਨੂੰ ਖੋਜਿਆ ਗਿਆ, ਕਿਉਂਕਿ ਉਹਨੂੰ ਅੱਖਾਂ ਤੋਂ ਬਹੁਤਾ ਦਿਖਦਾ ਨਹੀਂ ਸੀ। ਪਰ ਜਦੋਂ ਬੋਰਡ ਦੇ ਥੱਲੇ ਆਈ ਹੈ, ਆ ਕੇ ਉਹਨੇ ਇਸ ਮਿੱਟੀ ਨੂੰ ਸੁੰਘਿਆ ਅਤੇ ਇੱਥੇ ਆ ਕੇ ਕਹਿੰਦੀ ਹੈ ਵੀ ਇੱਥੇ ਨੌਵੇਂ ਪਾਤਸ਼ਾਹ ਦਾ ਲਹੂ ਡੁੱਲਾ ਹੈ। ਸੋ ਇੱਦਾਂ ਇੱਥੇ ਨਿਸ਼ਾਨਦੇਹੀ ਜਿਹੜੀ ਕੀਤੀ ਗਈ, ਨਿਸ਼ਾਨਦੇਹੀ ਵੀ
ਇਹ ਬਾਅਦ ਵਿੱਚ ਹੋਈ ਹੈ। ਕਹਿਣ ਤੋਂ ਮੁਰਾਦ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ, ਬਾਬਾ ਬਘੇਲ ਸਿੰਘ ਜੀ ਦੇ ਸਮੇਂ 'ਤੇ ਇਹ ਅਸਥਾਨ ਉਸਾਰੇ ਗਏ ਨੇ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਹੁਤ ਘੱਟ ਸਮਾਂ ਇੱਥੇ ਠਹਿਰੇ ਸਨ। ਇਹ ਉਪਦੇਸ਼ ਉਹਨਾਂ ਦੇ ਜ਼ੁਬਾਨ ਤੋਂ ਨਿਕਲਿਆ ਜ਼ਰੂਰ ਹੈ, ਸਿੱਖਾਂ ਨੇ ਇਹਨੂੰ ਮੰਨਣ ਦਾ ਯਤਨ ਕੀਤਾ, ਪਰ ਉਸ ਟਾਈਮ 'ਤੇ ਬਹਾਦਰ ਸ਼ਾਹ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਜੰਗੀ ਮਾਹੌਲ ਵਿੱਚ ਸੀ, ਕੋਈ ਬਹੁਤਾ ਇੱਧਰ ਧਿਆਨ ਨਹੀਂ ਗਿਆ, ਪਰ ਸਿੱਖਾਂ ਦੇ ਮਨ ਅੰਦਰ ਇਹ ਭਾਵਨਾ ਸੀ ਵੀ ਇੱਥੇ ਮਹਾਰਾਜ ਜੀ ਦੀ ਨਿਸ਼ਾਨੀ ਕਾਇਮ ਕੀਤੀ ਜਾਵੇ। ਸੋ ਉਸ ਭਾਵਨਾ ਨੂੰ ਕਾਇਮ ਰੱਖਦਿਆਂ ਇੱਕ ਲੰਮੀ ਲੜਾਈ ਲੜੀ ਗਈ। ਜਦੋਂ ਦਿੱਲੀ ਫਤਿਹ ਕੀਤੀ ਹੈ ਉਦੋਂ ਇੱਥੋਂ ਦੇ ਬਾਦਸ਼ਾਹ ਦੇ ਨਾਲ ਪਹਿਲਾ ਕਰਾਰ ਹੀ ਇਹ ਹੋਇਆ ਵੀ ਅਸੀਂ ਸਥਾਨ ਉਸਾਰਨੇ ਹੈ, ਅਸੀਂ ਆਪਣੇ ਗੁਰਧਾਮ ਉਸਾਰਾਂਗੇ, ਉਹਨਾਂ ਨਿਸ਼ਾਨੀਆਂ ਨੂੰ ਕਾਇਮ ਕਰਾਂਗੇ। ਸੋ ਇਹ ਜਿਹੜਾ ਇਤਿਹਾਸ ਦਾ ਇੱਕ ਹਿੱਸਾ ਹੈ ਜਿਹੜਾ ਮੈਂ ਆਪ ਸਭ ਸੰਗਤ ਦੇ ਸਾਹਮਣੇ ਰੱਖਿਆ, ਕਿਉਂਕਿ ਪ੍ਰਸੰਗ ਦੇ ਵਿੱਚ ਮਹਾਰਾਜ ਜੀ ਨੇ ਇਹ ਗੱਲ ਕੀਤੀ ਹੈ ਵੀ ਨਿਸ਼ਾਨਦੇਹੀ ਕਰੋ, ਨਿਸ਼ਾਨੀ ਸਮਝ ਕੇ ਉੱਥੇ ਇਮਾਰਤਾਂ, ਉੱਥੇ ਨਿਸ਼ਾਨੀਆਂ ਉਸਾਰੋ ਤਾਂ ਜੋ ਆਉਣ ਵਾਲੀ ਪੀੜ੍ਹੀ ਜਾਣ ਸਕੇ, ਸੇਧ ਲੈ ਸਕੇ। ਜਦੋਂ ਕੋਈ ਵੀ ਆਗੂ ਸਿੱਖਾਂ ਉੱਪਰ ਉਂਗਲ ਕਰਨ ਲੱਗੇਗਾ ਨਾ, ਸੀਸਗੰਜ ਸਾਹਿਬ ਦਾ ਇਤਿਹਾਸ ਉਹਦੇ ਸਾਹਮਣੇ ਰੱਖ ਦਿਓ ਵੀ ਆਹ ਵੇਖੋ ਸਾਡੇ ਪੁਰਖਿਆਂ ਨੇ ਕੀ ਕੀਤਾ ਇਸ ਧਰਤੀ ਵਾਸਤੇ, ਤੁਸੀਂ ਸਾਡੇ ਤੋਂ ਸਰਟੀਫਿਕੇਟ ਮੰਗਦੇ ਹੋ ਵੀ ਤੁਸੀਂ ਕੌਣ ਹੋ, ਅਸੀਂ ਆਹ ਦਿਖਾਵਾਂਗੇ ਵੀ ਅਸੀਂ ਆ ਗਏ, ਇੰਨੀਆਂ ਕੁਰਬਾਨੀਆਂ, ਇੰਨਾ ਖੂਨ ਵਹਾਇਆ ਇਸ ਮਿੱਟੀ ਵਾਸਤੇ, ਇਹ ਮਿੱਟੀ ਜਿੰਨੀ ਤੁਹਾਡੀ ਹੈ ਉਨੀ ਸਾਡੀ ਵੀ ਹੈ, ਬਰਾਬਰ ਦੇ ਹੱਕਦਾਰ ਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਕਾਰਨਾਂ ਕਰਕੇ ਵਚਨ ਕਰਦੇ ਨੇ ਭਾਈ ਵੀ ਨਿਸ਼ਾਨੀ ਸਮਝ ਕੇ ਇਹਨਾਂ ਇਤਿਹਾਸਕ ਅਸਥਾਨਾਂ ਦੀ ਉਸਾਰੀ ਕਰਵਾਈ ਜਾਏ। ਹਾਂਜੀ, ਸ਼੍ਰੀ ਪ੍ਰਭ ਦਰ ਬਦਯੋ ਬਹੁ ਦੇਰਾ, ਹੁਕਮ ਮਾਨ ਕਰ ਕੀਨ ਬਡੇਰਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਖਜ਼ਾਨੇ ਵਿੱਚੋਂ ਬਹੁਤ ਭਾਰੀ ਧਨ ਜਿਹੜਾ ਹੈ ਉਹ ਦੇਣਾ ਕੀਤਾ ਹੈ ਤਾਂ ਜੋ ਇਹਨਾਂ ਅਸਥਾਨਾਂ ਦੀ ਉਸਾਰੀ ਹੋ ਸਕੇ। ਪੂਜਨ ਲੱਗੇ ਸਕਲ ਨਰ ਨਾਰੀ ਕਰੇ ਭਾਵਨਾ ਪੂਰਨ ਸਾਰੀ। ਸਾਰੀ ਨਰ ਨਾਰੀ ਜੋ ਗੁਰੂ ਸਾਹਿਬ ਜੀ ਦੇ ਪਾਸ ਆ ਰਹੇ ਹਨ ਦਰਸ਼ਨਾਂ ਵਾਸਤੇ, ਉਹ ਮਹਾਰਾਜ ਜੀ ਨੂੰ ਪੂਜਦੇ ਹਨ। ਤੇ ਆਦਿਕ ਕਰ ਕਾਜ ਹੇਰੇ ਚੱਲਣ ਚਾਹੇ ਉਹ ਸ੍ਰੀ ਗੁਰੂ ਅਗੇਰੇ। ਸਤਿਗੁਰੂ ਜੀ ਮਹਾਰਾਜ ਹੁਣ ਅੱਗੇ ਚੱਲਣ ਲੱਗੇ ਨੇ। ਗੁਰਦੁਆਰਾ ਮੋਦੀ ਬਾਗ ਸਾਹਿਬ ਦਾ ਇਤਿਹਾਸ ਆਪ ਸਰਬੱਤ ਸੰਗਤ ਜਾਣਦੇ ਹੋ। ਉਸ ਤੋਂ ਬਾਅਦ ਮਹਾਰਾਜ ਦਮਦਮਾ ਸਾਹਿਬ ਜੋ ਹਜ਼ਰਤ ਨਿਜ਼ਾਮੂਦੀਨ ਔਲੀਆ, ਇਹ ਕੌਣ ਹੈ, ਇਹ ਭਗਤ ਸ਼ੇਖ ਫਰੀਦ ਜੀ ਦਾ ਸਿੱਖ ਹੋਇਆ ਹੈ, ਉਹਨਾਂ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ। ਉਸ ਦੇ ਮਕਬਰੇ ਦੇ ਲਾਗੇ ਗੁਰਦੁਆਰਾ ਦਮਦਮਾ ਸਾਹਿਬ ਹੈ, ਥੋੜ੍ਹੀ ਦੂਰੀ 'ਤੇ ਹੈ। ਸੋ ਇਸ ਅਸਥਾਨ 'ਤੇ ਮਹਾਰਾਜ ਬਹਾਦੁਰ ਸ਼ਾਹ ਦੇ ਨਾਲ ਮਿਲਾਪ ਕਰਦੇ ਨੇ, ਉੱਥੇ ਕਿਲ੍ਹਾ ਉਸਾਰਿਆ ਹੈ, ਉੱਥੇ ਲਾਲ ਮਸਜਿਦ ਵੀ ਹੈ। ਸੋ ਗੁਰਦੇਵ ਪਾਤਸ਼ਾਹ ਜੀ ਮਹਾਰਾਜ ਉੱਥੇ ਜਾ ਕੇ ਬਹਾਦੁਰ ਸ਼ਾਹ ਨੂੰ ਮਿਲਦੇ ਵੀ ਨੇ। ਆਓ ਇਤਿਹਾਸ ਦੇ ਮੁਤਾਬਕ ਆਪਾਂ ਵਾਰਤਾ ਨੂੰ ਸਮਝੀਏ। ਸਿੱਖ ਸੰਗਤ ਸਗਰੀ ਚਲਿਆਈ, ਮਿੰਨਤੀ ਕਰੀ ਪ੍ਰਭੂ ਅਗਰਾਈ। ਮਹਾਰਾਜ ਜੀ ਦੇ ਸਨਮੁਖ ਹੋ ਕੇ ਦਿੱਲੀ ਦੀ ਸੰਗਤ ਨੇ ਬੇਨਤੀ ਕੀਤੀ, ਭਾਈ ਤੁਮ ਸਮ ਜਿਸ ਕੋ ਦਰਸ਼ਨ ਦਿੱਲੀ ਵਿਖੇ ਰਹੇ ਹਮ ਚਾਹੇ। ਮਹਾਰਾਜ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਦਿੱਲੀ ਵਿਖੇ ਹੀ ਨਿਵਾਸ ਕਰੋ, ਤੁਸੀਂ ਦਿੱਲੀ ਵਿਖੇ ਹੀ ਰਹਿਣਾ ਕਰੋ।
ਸੋ ਸਤਿਗੁਰੂ ਜੀ ਮਹਾਰਾਜ ਕੀ ਉੱਤਰ ਦਿੰਦੇ ਹਨ? ਇਸ ਪੁਰ ਸਮ ਦੋਸਰ ਕੋ ਨਾਹੀ, ਸਿੱਖੀ ਵਿਥਰੇ ਥਰੇ ਸਮਾਹੀ। ਅਸੀਂ ਦਿੱਲੀ ਵਾਸੀ ਆਪ ਜੀ ਦੇ ਦਰਸ਼ਨਾਂ ਵਾਸਤੇ ਬੜੇ ਉਤਾਵਲੇ ਹਾਂ। ਗੁਰਦੇਵ ਪਾਤਸ਼ਾਹ ਜੀ ਬੜੇ ਲੰਮੇ ਸਮੇਂ ਬਾਅਦ, ਬੜੇ ਲੰਮੇ ਅਰਸੇ ਬਾਅਦ ਦਿੱਲੀ ਦੀ ਸੰਗਤ ਨੇ ਆਪ ਜੀ ਦੇ ਦਰਸ਼ਨ ਕੀਤੇ ਨੇ। ਸਤਿਗੁਰੂ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਜੀ ਨੂੰ ਵੀ ਦਿੱਲੀ ਦੀ ਸੰਗਤ ਨੇ ਬੇਨਤੀ ਕੀਤੀ ਸੀ ਵੀ ਗੁਰਦੇਵ ਪਾਤਸ਼ਾਹ ਜੀ ਆਪ ਦਿੱਲੀ ਵਿਖੇ ਦਰਸ਼ਨ ਦਿਓ, ਪਰ ਮਹਾਰਾਜ ਗੁਰੂ ਹਰਿਰਾਇ ਸਾਹਿਬ ਜੀ ਨੇ ਸਮੇਂ ਦੀ ਨਜਾਕਤ ਨੂੰ ਸਮਝਦਿਆਂ ਹੋਇਆਂ ਆਪਣੇ ਪੁੱਤਰ ਬਾਬਾ ਰਾਮ ਰਾਏ ਨੂੰ, ਜੋ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੋਂ ਉਮਰ ਵਿੱਚ ਵਡੇਰੇ ਸਨ, ਜੇਠੇ ਪੁੱਤਰ ਸਨ, ਆਪਣੀ ਥਾਂ 'ਤੇ ਥਾਪੜਾ ਦੇ ਕੇ ਦਿੱਲੀ ਵੱਲ ਭੇਜਿਆ। ਉਦੋਂ ਔਰੰਗਜ਼ੇਬ ਬਾਦਸ਼ਾਹ ਦਾ ਰਾਜ ਸੀ, ਉਹਨਾਂ ਦਾ ਪੜਾਅ ਵੀ ਗੁਰਦੁਆਰਾ ਮਜਨੂੰ ਟਿੱਲਾ ਸਾਹਿਬ, ਉੱਥੋਂ ਦੇ ਇਤਿਹਾਸ ਵਿੱਚ ਦਰਜ ਹੈ ਵੀ ਉੱਥੇ ਆਪ ਜੀ ਨੇ ਆਪਣਾ ਟਿਕਾਣਾ ਕੀਤਾ, ਸ਼ਿਵਰ ਲਗਾਇਆ। ਸੋ ਕਈ ਐਸੇ ਸਥਾਨ ਹਨ ਜਿੱਦਾਂ ਕਿ ਗੁਰਦੁਆਰਾ ਮਜਨੂੰ ਟਿੱਲਾ ਸਾਹਿਬ, ਬਾਬਾ ਬੁੱਢਾ ਜੀ ਜਿਨ੍ਹਾਂ ਨੂੰ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਕਹਿੰਦੇ ਨੇ, ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੀ ਜੇਲ੍ਹ ਵਿੱਚ ਕੈਦ ਸਨ, ਸਿੱਖਾਂ ਦੇ ਜਥਿਆਂ ਨਾਲ ਉਸ ਧਰਤੀ 'ਤੇ ਆ ਕੇ ਕੁਝ ਸਮਾਂ ਵਿਸ਼ਰਾਮ ਕਰਕੇ ਅਗਾਂਹ ਗਵਾਲੀਅਰ ਵੱਲ ਜਾਇਆ ਕਰਦੇ ਸਨ। ਉਹ ਬੜੀ ਭਾਗਾਂ ਵਾਲਾ ਸਥਾਨ ਹੈ, ਬੜੇ ਕਰਮਾਂ ਵਾਲੀ ਭੂਮੀ। ਵਿਸਾਖੀ ਪੁਰਬ, ਖਾਲਸਾ ਸਾਜਨਾ ਦਿਵਸ, ਦਿੱਲੀ ਦੇ ਵਿੱਚ ਮੁੱਖ ਸਥਾਨ ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਆਪ ਜੀ ਜਦੋਂ ਦਰਸ਼ਨ ਕਰਨ ਜਾਓ, ਉੱਥੋਂ ਦੇ ਇਤਿਹਾਸ ਨੂੰ ਪੜ੍ਹੋ ਵੀ ਜੱਸਾ ਸਿੰਘ ਆਹਲੂਵਾਲੀਆ ਜੀ, ਜੱਸਾ ਸਿੰਘ ਰਾਮਗੜੀਆ ਜੀ, ਸਾਡੇ ਸਿੱਖ ਜਰਨੈਲ ਵੱਡੇ ਵੱਡੇ ਜਿਨ੍ਹਾਂ ਨੇ ਦਿੱਲੀ ਦੇ ਉੱਪਰ ਧਾਵਾ ਬੋਲ ਕੇ ਆਪਣੇ ਖਾਲਸੇ ਰਾਜ ਨੂੰ ਸਾਰੇ ਲੋਕਾਂ ਦੇ ਸਾਹਮਣੇ ਪ੍ਰਗਟ ਕੀਤਾ, ਜ਼ਾਹਰ ਕੀਤਾ ਵੀ ਸਾਡੇ ਕੋਲ ਇੰਨੀ ਸਮਰੱਥਾ ਹੈ, ਦਿੱਲੀ ਦੇ ਤਖ਼ਤ ਤੱਕ ਅਸੀਂ ਕਬਜ਼ੇ ਕਰਕੇ ਦੇ ਛੱਡ ਦਿੱਤੇ ਵੀ ਜਾਓ ਤੁਹਾਡੇ ਹਵਾਲੇ ਕੀਤੇ। ਸੋ ਇਹੋ ਜਿਹੇ ਜਰਨੈਲ ਵੀ ਉਸ ਸਥਾਨ 'ਤੇ ਕੁਝ ਸਮਾਂ ਠਹਿਰਦੇ ਸਨ, ਉੱਥੇ ਆਪਸੀ ਗੱਲਬਾਤ ਚੱਲਦੀ ਸੀ, ਦਰਸ਼ਨ ਕਰਦੇ ਸਨ। ਮਹਾਰਾਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੰਗਤਾਂ ਨੂੰ ਉੱਤਰ ਦੇ ਰਹੇ ਹਨ ਵੀ ਸੰਗਤ ਜੀ, ਸਮਾਂ ਜਿਹੜਾ ਹੈ ਬੜਾ ਬਲਵਾਨ ਹੈ, ਇਸ ਦੇ ਮੁਤਾਬਕ ਸਾਨੂੰ ਅਗਾਂਹ ਪੜਾਅ ਕਰਨਾ ਪੈਣਾ ਹੈ। ਹਾਂਜੀ, ਇਸ ਪੁਰ ਸਮ ਦੋਸਰ ਕੋ ਨਾਹੀ, ਸਿੱਖੀ ਵਿਥਰੇ ਥਰੇ ਸਮਾਹੀ। ਇਸ ਸਥਾਨ 'ਤੇ ਬੜੀ ਸਿੱਖੀ ਦਾ ਪ੍ਰਚਾਰ ਹੋਵੇਗਾ, ਇਹ ਦਿੱਲੀ ਜਿਹੜੀ ਹੈ ਇਹ ਸਿੱਖਾਂ ਦਾ ਗੜ ਬਣੇਗੀ, ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਹਨ। ਦਿੱਲੀ ਦੇ ਵਿੱਚ ਕਿੱਡੇ ਵੱਡੇ ਵੱਡੇ ਹਮਲੇ ਹੋਏ, ਕਿੱਡੇ ਵੱਡੇ ਵੱਡੇ ਘੱਲੂਘਾਰੇ ਹੋਏ, ਇੱਥੇ ਕਿੰਨੇ ਜਰਵਾਣੇ ਆਏ, ਕਿੰਨੀ ਵਾਰ ਸਿੱਖਾਂ 'ਤੇ ਵੀ ਅੱਤਿਆਚਾਰ ਹੋਏ, ਦੰਗੇ ਹੋਏ, ਪਰ ਮਹਾਰਾਜ ਜੀ ਦੇ ਉਹ ਬਚਨ ਅੱਜ ਵੀ ਪੂਰੇ ਨੇ। ਅੱਜ ਵੀ ਜਿੱਧਰ ਕਿਤੇ ਜਾਈਏ ਸਾਨੂੰ ਸਿੱਖ ਵੀਰ ਭਰਾ ਮਿਲ ਜਾਂਦੇ ਨੇ। ਇੱਥੇ ਮਹਾਰਾਜ ਜੀ ਦੀ ਬੜੀ ਕਿਰਪਾ ਹੈ ਵੀ ਇਹਨਾਂ ਸਥਾਨਾਂ ਤੋਂ ਜਿੱਥੇ ਸਿੱਖੀ ਦਾ ਪ੍ਰਚਾਰ ਹੁੰਦਾ ਹੈ ਉੱਥੇ ਗੁਰੂ ਸਾਹਿਬ ਜੀ ਦੇ ਉਹ ਬਚਨ ਅੱਜ ਵੀ ਪੂਰੇ ਨੇ ਵੀ ਜੈ ਜੈਕਾਰ ਹੁੰਦੀ ਹੈ ਹਰੇਕ ਅਹੁਦੇ 'ਤੇ। ਲਗਭਗ ਅੱਜ ਸਿੱਖ ਆਪ ਜੀ ਨੂੰ ਦਿਖ ਜਾਏਗਾ। ਮਹਾਰਾਜ ਜੀ ਨੇ ਇੱਥੇ ਬੜੀ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਹੈ ਵੀ ਇੱਥੋਂ ਦੇ ਸਿੱਖ ਜਿਹੜੇ ਨੇ, ਭਾਵੇਂ ਅੱਜ ਸਮੇਂ ਦੇ ਮੁਤਾਬਕ ਕੁਝ ਗੁਰੂ ਸਾਹਿਬ ਜੀ ਮਹਾਰਾਜ ਜੀ ਤੋਂ ਬਾਹਰੀ ਰੂਪ ਰੇਖਾ ਕਰਕੇ ਦੂਰ ਨੇ, ਪਰ ਅੰਦਰੋਂ ਭਾਵਨਾ ਦੇ ਨਾਲ ਜੁੜੇ ਨੇ। ਕਈ ਸੱਜਣ
ਇਹੋ ਜਿਹੇ ਧਾਰਮਿਕ ਇਤਿਹਾਸਕ ਸਥਾਨਾਂ 'ਤੇ ਰਾਤ ਨੂੰ ਦਿਨੇ ਅੰਮ੍ਰਿਤ ਵੇਲੇ ਅਤੇ ਸਾਰੀ ਸਾਰੀ ਦਿਹਾੜੀ ਜੋੜਿਆਂ ਦੀ ਸੇਵਾ, ਲੰਗਰ ਦੀ ਸੇਵਾ, ਸਫਾਈ ਦੀ ਸੇਵਾ ਕਰਨ ਵਿੱਚ ਰੁੱਝੇ ਹੁੰਦੇ ਨੇ। ਭਾਵੇਂ ਸਿਰ 'ਤੇ ਪੱਗ ਨਹੀਂ ਪਰ ਅੰਦਰ ਭਾਵਨਾ ਹੈ, ਸਤਿਗੁਰੂ ਜੀ ਮਹਾਰਾਜ ਜੀ ਦੇ ਨਾਲ ਦਿਲ ਤੋਂ ਪਿਆਰ, ਰੂਹ ਤੋਂ ਪਿਆਰ ਹੈ। ਸੋ ਐਸੇ ਗੁਰਮੁਖ ਪਿਆਰੇ ਜੋ ਗੁਰੂ ਦੀ ਭੈ ਭਾਵਨੀ ਵਿੱਚ ਵੀ ਚੱਲਦੇ ਨੇ, ਕੋਈ ਸੰਸਾਰਿਕ ਮਜਬੂਰੀਆਂ ਕਰਕੇ ਪੂਰੀ ਵੇਸ਼ਭੂਸ਼ਾ ਵਿੱਚ ਨਹੀਂ ਆ ਸਕੇ, ਉਹ ਵੀ ਅੱਜ ਗੁਰੂ ਸਾਹਿਬ ਜੀ ਦੇ ਦਰ 'ਤੇ ਨਤਮਸਤਕ ਹੁੰਦੇ ਨੇ। ਇਹ ਸਤਿਗੁਰੂ ਜੀ ਮਹਾਰਾਜ ਜੀ ਦੀ ਅਸੀਸ ਸਦਕਾ ਪੂਰਨ ਹੋਇਆ ਹੈ। ਹਾਂਜੀ, ਪੂਜਨ ਹੇਤ ਟਿਕਾਵੋ ਕੋਈ ਚਿਤਵਤ ਪੈ ਸੁਨ ਕਰ ਬਿਦ ਸਈ। ਮਹਾਰਾਜ ਕਹਿੰਦੇ ਹਨ ਵੀ ਦਿੱਲੀ ਵਿੱਚ ਅਸਥਾਨ ਉਸਾਰੇ ਜਾਣ ਅਤੇ ਇਹਨਾਂ ਅਸਥਾਨਾਂ 'ਤੇ ਸ਼ਬਦ ਗੁਰੂ ਦਾ ਪਹਿਰਾ ਹੋ ਜਾਵੇ। ਦੋਨੋ ਮੈਲ ਸੰਗ ਮੈਂ ਜੋਏ ਬੋਲੇ ਸ਼੍ਰੀ ਮੁਖ ਤੁਮ ਸੁਖ ਹੋਏ। ਸਤਿਗੁਰੂ ਜੀ ਮਹਾਰਾਜ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ, ਹੁਣ ਮਹਿਲ ਮਹਿਲ ਤੋਂ ਭਾਵ ਹੈ ਪਤਨੀਆਂ। ਮਹਾਰਾਜ ਜੀ ਦੀ ਇਹ ਦੋਵੇਂ ਮਹਿਲ ਸਤਿਗੁਰੂ ਜੀ ਦੇ ਅੱਗੇ ਹੁਣ ਬੇਨਤੀ ਪਏ ਕਰਦੇ ਨੇ ਵੀ ਇਹ ਸਤਿਗੁਰੂ ਸਾਡੇ ਉੱਪਰ ਵੀ ਕਿਰਪਾ ਕਰੋ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਦਿੱਲੀ ਦੀਆਂ ਸੰਗਤਾਂ ਦੇ ਕਹਿਣ ਪਰ ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਸੁੰਦਰ ਕੌਰ ਜੀ ਨੂੰ ਹੁਕਮ ਕੀਤਾ ਵੀ ਆਪ ਜੀ ਇੱਥੇ ਰੁਕੋਗੇ, ਇੱਥੇ ਠਹਿਰ ਕੇ ਦਿੱਲੀ ਦੀਆਂ ਸੰਗਤਾਂ ਵਿੱਚ ਸਿੱਖੀ ਦਾ ਪ੍ਰਚਾਰ ਕਰੋਗੇ। ਸੋ ਅੱਜ ਉਹ ਸਥਾਨ ਵੀ ਇਸ ਸਥਾਨ 'ਤੇ ਮੌਜੂਦ ਹੈ। ਆਹ ਬਹੁਤੀ ਜ਼ਿਆਦਾ ਦੂਰ ਨਹੀਂ, ਦਿੱਲੀ ਗੇਟ ਤੋਂ ਅਗਾਂਹ ਜੋ ਹਸਪਤਾਲ ਹੁੰਦਾ ਹੈ ਉਹਦੇ ਬਿਲਕੁਲ ਪਿਛਲੇ ਸਾਈਡ ਸਤਿਗੁਰੂ ਜੀ ਮਹਾਰਾਜ ਜੀ ਦੇ ਮਹਿਲ, ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਜੀ ਦੀ ਹਵੇਲੀ, ਗੁਰਦੁਆਰਾ ਮਾਤਾ ਸੁੰਦਰੀ ਜੀ। ਸੰਗਤਾਂ, ਬਹੁਤੀਆਂ ਸੰਗਤਾਂ ਜਿਹੜੀਆਂ ਪੰਜਾਬ ਤੋਂ ਇੱਧਰ ਨੂੰ ਆਉਂਦੀਆਂ ਨੇ ਉਹਨਾਂ ਨੂੰ ਇਸ ਸਥਾਨ ਬਾਰੇ ਜਾਣਕਾਰੀ ਘੱਟ ਹੈ। ਸੋ ਦਿੱਲੀ ਦੀਆਂ ਸੰਗਤਾਂ ਵੀ ਕਿਉਂਕਿ ਲੁਕਵਾਂ ਸਥਾਨ ਹੋਣ ਕਰਕੇ ਉੱਥੇ ਬਹੁਤ ਘੱਟ ਜਾਂਦੀਆਂ ਨੇ, ਜਾਣਕਾਰੀ ਦਾ ਅਭਾਵ ਨਹੀਂ ਹੈ, ਉੱਥੇ ਵੀ ਜਾਇਆ ਕਰੀਏ, ਦਰਸ਼ਨ ਕਰਿਆ ਕਰੀਏ। ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਨੂੰ ਮਹਾਰਾਜ ਜੀ ਨੇ ਸ਼ਸਤਰ ਭੇਟਾ ਕੀਤੇ ਸਨ ਉਸੇ ਸਥਾਨ 'ਤੇ। ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਜੀ ਨੇ ਸਿੱਖਾਂ ਦੇ ਬਹੁਤ ਵੱਡੇ ਵੱਡੇ ਫੈਸਲੇ ਉਸੇ ਸਥਾਨ ਤੋਂ ਬੈਠ ਕੇ ਚਿੱਠੀਆਂ ਰਾਹੀਂ ਪੂਰਨ ਕੀਤੇ ਨੇ। ਭਾਈ ਮਨੀ ਸਿੰਘ ਜੀ ਦੀ ਸੇਵਾ ਉਸ ਸਥਾਨ ਤੋਂ ਸ਼੍ਰੀ ਦਰਬਾਰ ਸਾਹਿਬ ਲਗਾਈ ਗਈ। ਹੁਣ ਬਹੁਤ ਸਾਰਾ ਇਤਿਹਾਸ ਹੈ ਜੋ ਛੁਪਿਆ ਹੋਇਆ, ਸਾਡੇ ਤੱਕ ਨਹੀਂ ਆਉਂਦਾ। ਸੰਗਤ ਕੋਲ ਸਮਾਂ ਹੋਵੇ ਉੱਥੇ ਜਾਓ, ਦਰਸ਼ਨ ਕਰੋ। ਬੜਾ ਰਮਣੀਕ ਸਥਾਨ ਹੈ, ਬੜਾ ਵਧੀਆ, ਸੁੰਦਰ, ਸ਼ਾਂਤਮਈ ਸਥਾਨ ਹੈ। ਉਸ ਸਥਾਨ 'ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਮਾਤਾ ਜੀ ਨੂੰ ਹੁਕਮ ਕੀਤਾ। ਹਾਂਜੀ, ਹਮਨੇ ਦੱਖਣ ਜਾਨੋ ਦੂਰ ਤੁਮਨੇ ਤੇ ਚਲੋ ਕਸ਼ਟ ਹੋਏ ਪੂਰ। ਸਤਿਗੁਰੂ ਜੀ ਮਹਾਰਾਜ ਕਹਿੰਦੇ ਅਸੀਂ ਬੜੀ ਦੂਰ ਦਾ ਸਫ਼ਰ ਤੈਅ ਕਰਨਾ ਹੈ, ਸੋ ਤੁਸੀਂ ਜੇ ਸਾਡੇ ਨਾਲ ਨਾਲ ਰਹੋਗੇ ਤਾਂ ਬੜਾ ਕਸ਼ਟ ਹੋਵੇਗਾ, ਦੁੱਖਾਂ ਤਕਲੀਫਾਂ ਦੇ ਵਿੱਚੋਂ ਵੀ ਨਿਕਲਣਾ ਪਵੇਗਾ। ਇਸ ਕਰਕੇ ਸਾਡੇ ਮਨ ਦੀ ਭਾਵਨਾ ਹੈ ਕਿ ਆਪ ਜੀ ਇਸ ਸਥਾਨ 'ਤੇ ਟਿਕ ਜਾਵੋ
ਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰੋ। ਦਿੱਲੀ ਮੈਂ ਤਿਰਤਾ ਅਬ ਗਈਏ, ਸੰਗਤ ਮੈਂ ਸੁਖ ਪੂਰਬ ਰਹੀਏ। ਸੰਗਤ ਵਿੱਚ ਆਪ ਰਹਿ ਕੇ ਇਹਨਾਂ ਨੂੰ ਸੁਖ ਪ੍ਰਦਾਨ ਕਰੋ, ਗੁਰਸਿੱਖੀ ਦਾ ਪ੍ਰਚਾਰ ਕਰਕੇ ਨਾਮ ਦੇ ਨਾਲ ਜੋੜਨਾ ਕਰੋ। ਦਿਨ ਪ੍ਰਤ ਕੂਚ ਬਿਖਾਦ ਕਰਨ ਤਾ ਇਹਾਂ ਬਸੇ ਸੁਖ ਸਮਾਂ ਬਰਦੰਤਾ। ਇੱਥੇ ਬੈਠ ਕੇ ਕੁਝ ਸਮਾਂ ਬਤੀਤ ਕਰੋ, ਪਰਮਾਤਮਾ ਦੇ ਹੁਕਮ ਨੂੰ ਮੰਨਣਾ ਕਰੋ। ਅਸੀਂ ਦਿਨ ਪ੍ਰਤ ਦਿਨ ਪਤਾ ਨਹੀਂ ਕਿੱਥੇ ਕਿੱਥੇ ਜਾਣਾ ਹੈ, ਕਿੱਥੇ ਕਿੱਥੇ ਸਾਡੇ ਪੜਾਅ ਹੋਣੇ ਹੈ, ਸੋ ਸਾਡੇ ਕੋਲ ਇਤਨਾ ਸਮਾਂ ਜਿਹੜਾ ਹੈ ਉਹ ਸਾਨੂੰ ਪੂਰਾ ਨਹੀਂ ਜਾਪਦਾ। ਦਿਨ ਪ੍ਰਤ ਕੂਚ ਬਿਖਾਦ ਕਰਨ ਤਾ ਇਹਾਂ ਬਸੇ ਸੁਖ ਮਾਂ ਬਿਰਤੰਤਾ। ਇਸ ਕਰਕੇ ਤੁਸੀਂ ਇਸ ਸਥਾਨ ਤੇ ਬੈਠੋ, ਜਿਹੜੀਆਂ ਰਹਿੰਦੀਆਂ ਜ਼ਿੰਮੇਵਾਰੀਆਂ ਨੇ, ਜੋ ਰਹਿੰਦੇ ਕਾਰਜ ਨੇ, ਉਹ ਅਸੀਂ ਆਪਣੇ ਜਥਿਆਂ ਦੇ ਨਾਲ ਪੂਰਨ ਕਰ ਲਵਾਂਗੇ। ਸੋ ਸਤਸੰਗਤ ਜੀ, ਰਾਜਨੀਤਿਕ ਕਾਰਨਾਂ ਕਰਕੇ ਤੇ ਇੱਕ ਰਾਜਨੀਤਿਕ ਮਾਹੌਲ ਦੇ ਵਿਗੜਨ ਕਰਕੇ ਮਹਾਰਾਜ ਜੀ ਦੀ ਇਹ ਇੱਛਾ ਸੀ ਵੀ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਦਿੱਲੀ ਵਿੱਚ ਰਹਿਣ, ਕਿਉਂਕਿ ਬਹਾਦਰ ਸ਼ਾਹ ਦੇ ਨਾਲ ਨੇੜਤਾ ਹੋਣ ਕਰਕੇ ਸਤਿਗੁਰੂ ਜੀ ਮਹਾਰਾਜ ਜੀ ਨੂੰ ਇਹ ਪਤਾ ਸੀ ਵੀ ਦਿੱਲੀ ਵਿੱਚ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਨੂੰ ਕੋਈ ਖਤਰਾ ਨਹੀਂ ਹੈ। ਇਸ ਕਰਕੇ ਮਹਾਰਾਜ ਜੀ ਨੇ ਹੁਕਮ ਦਿੱਤਾ ਵੀ ਦੋਵੇਂ ਮਹਿਲ ਇੱਥੇ ਹੀ ਟਿਕ ਕੇ ਵਿਸ਼ਰਾਮ ਕਰਨਾ। ਸੁਣ ਸੁੰਦਰੀ ਦ੍ਰਿਗ ਪਰ ਬੋਰੋਈ, ਸੁਤ ਕੋ ਸਿਮਰ ਸਿਮਰ ਦੁਖ ਪੋਈ। ਮਾਤਾ ਸੁੰਦਰ ਕੌਰ ਜੀ, ਕਿਉਂਕਿ ਇੱਕ ਪੁੱਤਰ ਨੂੰ ਗਵਾਉਣਾ ਬਹੁਤ ਵੱਡਾ ਦੁੱਖ ਹੁੰਦਾ ਹੈ, ਚਾਰ ਪੁੱਤਰਾਂ ਨੂੰ ਗਵਾ ਲਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਲਖਤੇ ਜਿਗਰ ਸ਼ਹਾਦਤ ਜਾਮ ਪੀ ਗਏ। ਹੁਣ ਮਾਂ ਦਾ ਜਿਹੜਾ ਹਿਰਦਾ ਬੜਾ ਕੋਮਲ ਹੈ, ਇਸਤਰੀ ਆਪਣੇ ਪੁੱਤਰ ਨੂੰ ਬਹੁਤ ਪ੍ਰੇਮ ਕਰਦੀ ਹੈ, ਕਿਉਂਕਿ 9 ਮਹੀਨੇ ਕੁੱਖ ਵਿੱਚ ਪੀੜਾ ਸਹੀ ਹੈ, ਉਸਦੀ ਪਾਲਣਾ ਪੋਸਣਾ ਕੀਤੀ ਹੈ। ਇੱਕ ਮਾਂ ਦਾ ਹਿਰਦਾ ਜਿਹੜਾ ਹੈ, ਜਿੱਥੇ ਕੋਮਲ ਹੈ ਉੱਥੇ ਕਠੋਰ ਵੀ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਬੇਨਤੀ ਕਰਦੇ ਨੇ ਵੀ ਚਾਰ ਪੁੱਤ ਸੀ ਸਾਡੇ ਕੋਲ, ਚਾਰੇ ਦੇ ਚਾਰੇ ਧਰਮ ਤੋਂ ਵਾਰ ਦਿੱਤੇ, ਹੁਣ ਤੁਸੀਂ ਤੁਹਾਡੇ ਵੱਲ ਵੇਖ ਕੇ ਅਸੀਂ ਆਪਣਾ ਜੀਵਨ ਬਸਰ ਕਰਦੇ ਹਾਂ, ਜੀਵਨ ਜੀ ਰਹੇ ਹਾਂ, ਅਤੇ ਜੇ ਪੁੱਤਰਾਂ ਦੇ ਵਿਛੋੜੇ ਦੀ ਕਮੀ ਅਸੀਂ ਤੁਹਾਡੇ ਵੱਲ ਵੇਖ ਕੇ ਦੂਰ ਕਰਦੇ ਹਾਂ, ਜੇ ਤੁਸੀਂ ਸਾਨੂੰ ਵਿਛੋੜਾ ਦੇ ਜਾਓਗੇ, ਜੇ ਤੁਸੀਂ ਸਾਨੂੰ ਇਸ ਅਸਥਾਨ 'ਤੇ ਛੱਡ ਜਾਓਗੇ, ਫਿਰ ਅਸੀਂ ਕਿਸ ਦਾ ਆਸਰਾ ਤੱਕਾਂਗੀਆਂ। ਸਤਿਗੁਰੂ ਜੀ ਮਹਾਰਾਜ ਜੀ ਦੇ ਮਹਿਲ ਇਸ ਕਰਕੇ ਮਨ ਦੇ ਅੰਦਰ ਗਮ ਕਰਦੇ ਨੇ, ਅਤੇ ਕਿੰਨੀ ਵਾਰ ਮਨ ਜਿਹੜਾ ਹੈ ਉਹ ਵਿਚਲਿਤ ਹੁੰਦਾ ਹੈ, ਉਹ ਪਰੇਸ਼ਾਨ ਹੁੰਦਾ ਹੈ। ਵੇਖੋ ਸਤਿਸੰਗਤ ਜੀ, ਇੱਕ ਔਰਤ, ਜੇ ਅਸੀਂ ਸਧਾਰਨ ਔਰਤ ਦੀ ਵੀ ਗੱਲ ਕਰੀਏ, ਜਿਸ ਦਾ ਪਤੀ ਵਿਦੇਸ਼ ਵਿੱਚ ਹੋਵੇ, ਕੋਈ ਵੀ ਵਿਆਹਤਾ ਔਰਤ ਹੈ, ਜਿੰਨਾ ਚਿਰ ਉਹਦੇ ਘਰ ਸੰਤਾਨ ਨਹੀਂ ਹੋ ਜਾਂਦੀ, ਉਤਨਾ ਚਿਰ ਉਹਦਾ ਜਿਹੜਾ ਦਿਲ, ਉਹਦਾ ਜਿਹੜਾ ਮਨ ਚਿੱਤ ਹੈ, ਉਹ ਪਤੀ ਦੇ ਵਿੱਚ ਜੁੜਿਆ। ਪਤੀ ਕਿਤੇ ਇੱਧਰ ਉੱਧਰ ਹੋ ਜਾਵੇ ਤਾਂ ਉਹਦਾ ਮਨ ਵਿਆਕੁਲ ਹੋ ਜਾਂਦਾ। ਔਰਤ ਅਤੇ ਪਤੀ ਪੂਰਨ ਤਾਂ ਹੁੰਦੇ ਨੇ ਜਦੋਂ ਉਹਨਾਂ ਦੇ ਘਰ ਵਿੱਚ ਸੰਤਾਨ ਹੁੰਦੀ। ਹੁਣ ਜਦੋਂ ਸੰਤਾਨ ਹੋ ਜਾਂਦੀ ਹੈ, ਉਦੋਂ ਪਤਨੀ ਦੀ ਫਿਕਰ ਅੱਧੀ ਹੋ ਜਾਂਦੀ ਹੈ,
ਉਹਦਾ ਸਾਰਾ ਧਿਆਨ ਸਾਰਾ ਕੰਸਨਟ੍ਰੇਟ ਉਹ ਬੱਚੇ ਵੱਲ ਲਗਾਉਂਦੀ ਹੈ। ਪਤੀ ਵਿਦੇਸ਼ ਵਿੱਚ ਗਿਆ ਹੋਵੇ ਉਹਦੇ ਮਨ ਵਿੱਚ ਚਿੰਤਾ ਤਾਂ ਰਹਿੰਦੀ ਹੈ, ਪਰ ਕਿਉਂਕਿ ਉਹਦੇ ਕੋਲ ਉਸਦੀ ਔਲਾਦ ਹੈ ਇਸ ਕਰਕੇ ਉਹਦੀ ਚਿੰਤਾ ਜਿਹੜੀ ਹੈ ਉਹ ਔਲਾਦ 'ਤੇ ਜ਼ਿਆਦਾ ਟਿਕ ਜਾਂਦੀ ਹੈ। ਪਤੀ ਦੀ ਚਿੰਤਾ ਜਿਹੜੀ ਉਹ ਥੋੜ੍ਹੀ ਘੱਟ ਜਾਂਦੀ ਹੈ, ਪਰ ਜਿਹੜੀ ਔਰਤ ਆਪਣੇ ਬੱਚੇ ਨੂੰ ਵੀ ਗਵਾ ਲਵੇ ਉਹਦੇ ਵਾਸਤੇ ਤਾਂ ਸਭ ਕੁਝ ਪਤੀ ਹੈ ਨਾ। ਇਸ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਿਲ ਇਹ ਚਿੰਤਾ ਕਰਦੇ ਨੇ ਵੀ ਇਹ ਗੁਰਦੇਵ ਸਾਡੇ ਚਾਰ ਪੁੱਤ ਸਨ, ਚਾਰੇ ਦੇ ਚਾਰੇ ਧਰਮ ਦੇ ਲੇਖੇ ਵਿੱਚ ਲੱਗ ਗਏ, ਹੁਣ ਆਪ ਜੀ ਦੇ ਨਾਲ ਸਨੇਹ ਹੈ, ਪਿਆਰ ਹੈ, ਆਪ ਜੀ ਦੀ ਚਿੰਤਾ ਹੈ ਸਾਡੇ ਮਨ ਦੇ ਅੰਦਰ, ਅਤੇ ਜੇ ਤੁਸੀਂ ਕਿਤੇ ਇੱਧਰ ਉੱਧਰ ਹੋਵੋਗੇ ਤਾਂ ਅਸੀਂ ਕਿਸ ਵੱਲ ਤੱਕਾਂਗੇ। ਸਾਡਾ ਮਨ ਤਾਂ ਆਪ ਜੀ ਦੇ ਨਾਲ ਜੁੜਿਆ, ਆਪ ਜੀ ਦਾ ਮੁੱਖ ਵੇਖ ਕੇ ਸਾਡੇ ਮਨ ਨੂੰ ਸ਼ਾਂਤੀ ਆਉਂਦੀ ਹੈ, ਆਪ ਜੀ ਤੋਂ ਬਗੈਰ ਸਾਡਾ ਮਨ ਵਿਆਕੁਲ ਹੀ ਰਹੇਗਾ। ਤੁਮ ਸਮਰਥ ਸਭ ਬਿਨ ਗੁਣ ਖਾਨੀ ਪੁਰੋ ਕਾਮਨਾ ਸਿੱਖ ਮਾਨੀ। ਤੁਸੀਂ ਤਾਂ ਸੰਗਤ ਦੀ ਕਾਮਨਾ ਪੂਰੀ ਕਰਦੇ ਹੋ, ਤੁਸੀਂ ਤਾਂ ਸੰਗਤਾਂ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰਦੇ ਹੋ। ਮੈਂ ਅਤ ਦੁਖੀ ਨਿਕਟ ਤੁਮ ਰਹੀ ਇੱਕ ਪੁੱਤ ਰਾਤ ਸਭੀ ਮ੍ਰਿਤ ਨਹੀਂ। ਮੈਂ ਬੜੀ ਨਿਕਟ ਰਹੀ ਹਾਂ ਆਪ ਜੀ ਦੇ, ਪਰ ਮੇਰਾ ਮਨ ਬਹੁਤ ਦੁਖੀ ਹੈ, ਕਿਰਪਾ ਕਰੋ ਮੇਰੇ ਅਭਾਗਣ 'ਤੇ ਵੀ ਆਪ ਜੀ ਦਇਆ ਦ੍ਰਿਸ਼ਟੀ ਦਿਖਾਓ। ਕਿਸ ਅਲੰਬ ਮੈਂ ਜੀਓ ਗੁਸਾਈ ਬਿਛੜੇ ਕਲੀ ਰਹਿ ਸਥਾਈ। ਅਤੇ ਜੇ ਅਸੀਂ ਵਿਛੜੇ ਹੋਏ ਬੜੇ ਚਿਰਾਂ ਬਾਅਦ ਮਿਲੇ ਹਾਂ, ਹੁਣ ਆਪ ਜੀ ਫਿਰ ਵਿਛੜਨ ਦੀਆਂ ਗੱਲਾਂ ਕਰਦੇ, ਆਨੰਦਪੁਰ ਸਾਹਿਬ ਹੱਸਦਾ ਵੱਸਦਾ ਵਿਛੜ ਗਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਰਿਵਾਰ ਕਈ ਹਿੱਸਿਆਂ ਵਿੱਚ, ਜਿਹੜੀ ਸੱਸ ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ ਜੀ ਦੀ ਸੱਸ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਹਾਰਾਜ ਜੀ ਦੀ ਮਾਤਾ ਮਾਤਾ ਗੁਜਰ ਕੌਰ ਜੀ, ਮਾਤਾ ਜੀ ਕਹਿ ਰਹੇ ਨੇ ਵੀ ਮੇਰੀ ਸੱਸ ਜਿਹੜੀ ਹੈ ਉਹ ਆਪਣੇ ਪੋਤਰਿਆਂ ਦੇ ਨਾਲ ਸ਼ਹਾਦਤ ਜਾਮ ਪੀ ਗਈ, ਦੋ ਪੁੱਤਰ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋ ਗਏ, ਦਾਦਾ ਦਿੱਲੀ ਵਿੱਚ ਸ਼ਹੀਦ ਹੋ ਗਏ, ਅਤੇ ਸਾਡੇ ਕੋਲ ਜਿਹੜੇ ਸਿੱਖ ਸਨ ਪਿਆਰੇ ਉਹਨਾਂ ਨੇ ਵੀ ਸ਼ਹਾਦਤ ਜਾਮ ਪੀ ਲਿਆ, ਨਾ ਉਹ ਕੋਈ ਚਿਹਰਾ ਦਿਸਦਾ ਏ ਅਤੇ ਨਾ ਹੀ ਹੁਣ ਉਹਨਾਂ ਦੇ ਦਿਸਣ ਦੀ ਕੋਈ ਆਸ ਹੈ, ਹੁਣ ਅਸੀਂ ਕਿਹਦੇ ਵੱਲ ਤੱਕਾਂਗੀਆਂ। ਇਸ ਕਰਕੇ ਜਦੋਂ ਦਮਦਮੇ ਸਾਹਿਬ ਜੀ ਦੀ ਧਰਤੀ 'ਤੇ ਤੁਹਾਡੇ ਨਾਲ ਮਿਲਾਪ ਹੋਇਆ, ਸਾਡੇ ਮਨ ਦੇ ਅੰਦਰ ਇੱਕ ਫਿਰ ਚੇਤਨਤਾ ਜਾਗੀ ਵੀ ਹੁਣ ਅਸੀਂ ਇਕੱਠੇ ਹਾਂ, ਜੇਕਰ ਤੁਸੀਂ ਹੁਣ ਹੁਕਮ ਕਰਦੇ ਹੋ ਵੀ ਅਸੀਂ ਦਿੱਲੀ ਵਿੱਚ ਰਹੀਏ, ਤੁਸੀਂ ਅਗਾਂਹ ਕੂਚ ਕਰਨ ਵਾਸਤੇ ਚਲੇ ਜਾਓ ਤੇ ਸਾਡਾ ਮਨ ਫਿਰ ਦੁਖੀ ਹੋਵੇਗਾ। ਹਾਂਜੀ, ਚਾਰ ਪੁੱਤਰ ਚਾਰੋ ਸੁਖ ਮਾਰਾ ਸਾਸੋ ਸਹਿਤ ਸੁਰੇਤ ਸੁਖਦਾਇਆ। ਸੱਸ ਦੇ ਸਮੇਤ ਚਾਰੇ ਪੁੱਤਰ ਜਿਹੜੇ ਸਨ ਉਹ ਪਰਮਾਤਮਾ ਦੇ ਹੁਕਮ ਅਨੁਸਾਰ ਚਲਾਣਾ ਕਰ ਗਏ। ਸੰਕਟ ਹੋ ਤੋ ਨ ਕਿਸੋ ਪ੍ਰਕਾਰੀ ਜਿਤ ਕਿਤੇ ਅਵਲੋਕਤ ਦੇਖ ਮਾਰੀ। ਜਿਵੇਂ ਇੱਕ ਔਰਤ ਆਪਣੇ ਪਤੀ ਦੇ ਨਾਲ ਆਪਣੇ ਆਪ ਨੂੰ ਸੇਫ ਮਹਿਸੂਸ ਕਰਦੀ ਹੈ, ਸੁਰੱਖਿਅਤ ਮਹਿਸੂਸ ਕਰਦੀ ਹੈ, ਜਦੋਂ ਉਹਦੇ ਪੁੱਤ ਵੱਡੇ ਹੋ ਜਾਣ, ਪਤੀ ਉਸ ਦੇ ਨਾਲ ਹੋਵੇ ਜਾਂ ਨਾ ਹੋਵੇ, ਉਹ ਆਪਣੇ ਪੁੱਤਾਂ ਦੇ ਨਾਲ ਵੀ ਉਹੋ ਜਿਹਾ ਸੁਰੱਖਿਅਤ ਵਾਲਾ ਸੁਭਾਅ ਮਹਿਸੂਸ ਕਰਦੀ ਹੈ ਵੀ ਚੱਲ ਕੋਈ ਨਹੀਂ, ਤੇ ਮੇਰੇ ਪੁੱਤ ਤਾਂ ਹੈਗੇ ਹੈ ਨਾ ਜੋ ਮੇਰੀ ਰੱਖਿਆ ਕਰਨਗੇ, ਮੈਨੂੰ ਸੰਕਟਾਂ ਤੋਂ ਬਚਾਉਣਗੇ,
ਮਾਤਾ ਸੁੰਦਰ ਕੌਰ ਜੀ ਕਹਿੰਦੇ ਹਨ ਵੀ ਇਸੇ ਪ੍ਰਕਾਰ ਮੈਂ ਵੀ ਇਸਤਰੀ ਹਾਂ, ਮੇਰੇ ਮਨ ਦੀ ਵੀ ਚਾਹਨਾ ਹੈ। ਹੁਣ ਮੇਰੇ ਪੁੱਤ ਤਾਂ ਰਹੇ ਨਹੀਂ, ਇਸ ਕਰਕੇ ਮੈਂ ਆਪ ਜੀ ਦੇ ਆਸਰੇ ਹਾਂ। ਸਭਨ ਬਹੀਨ ਰਹੀ ਦੁਰਭਾਗਨ, ਤੁਮਰੇ ਦਰਸ਼ਨ ਕੀ ਅਨੁਰਾਗਨ। ਸਤਸੰਗਤ ਜੀ, ਬਹੁਤ ਵੱਡਾ ਕਸ਼ਟ ਹੁੰਦਾ ਹੈ, ਕਿਉਂਕਿ ਮੈਂ ਦਿੱਲੀ ਦੇ ਵਿੱਚ ਰਿਹਾ, ਘੁੰਮਿਆ, ਦੇਖਿਆ ਲੋਕਾਂ ਦੇ ਚਿਹਰਿਆਂ ਵੱਲ ਵੀ। ਜਿਹੜਾ ਬੰਦੇ ਦਾ ਆਪਣਾ ਘਰ ਹੈ, ਉਹਦਾ ਚਿਹਰੇ ਦਾ ਰੂਪ ਰੰਗ ਨੁਹਾਰ ਵੱਖਰਾ, ਭਾਵੇਂ ਉਹ ਆਪਣੇ ਘਰ ਵਿੱਚ ਦੁਖੀ ਹੈ, ਲੇਕਿਨ ਉਹਦੇ ਮਨ ਅੰਦਰ ਇਹ ਸੰਤੋਖ ਹੈ ਵੀ ਘਰ ਮੇਰਾ, ਕੁਝ ਵੀ ਨਾ ਰਹੇ ਤਾਂ ਇਹ ਤਾਂ ਰਹੇਗਾ ਨਾ। ਜਿਹੜੇ ਲੋਕ ਰਹਿੰਦੇ ਕਿਰਾਏ 'ਤੇ, ਉਹਨਾਂ ਦੇ ਚਿਹਰੇ 'ਤੇ ਇੱਕ ਚਿੰਤਾ ਸਤਾਈ ਰਹਿੰਦੀ ਹੈ, ਪਤਾ ਨਹੀਂ ਅੱਜ ਹੈ, ਪਤਾ ਨਹੀਂ ਕੱਲ੍ਹ ਹੈ। ਸੋ ਇਹ ਘਰ ਦੀ ਵੀ ਇੱਕ ਬੜੀ ਵੱਡੀ ਚਿੰਤਾ ਹੈ। ਮਾਤਾ ਸੁੰਦਰ ਕੌਰ ਜੀ ਨੇ ਚਿੰਤਾ ਪ੍ਰਗਟਾਈ ਹੈ ਵੀ ਸਾਡਾ ਆਪਣਾ ਘਰ ਆਨੰਦਪੁਰ ਸੀ, ਉਹ ਉਜੜ ਗਿਆ। ਉਸ ਤੋਂ ਬਾਅਦ ਅਸੀਂ ਦਰਾਂ ਦਰਾਂ 'ਤੇ ਜਾ ਕੇ ਪੜਾਅ ਕਰ ਕਰਕੇ ਉੱਥੇ ਠਹਿਰਦੇ ਹਾਂ, ਕਦੀ ਸਾਨੂੰ ਕਿੱਥੇ ਲੋਕੇ ਰਹਿਣਾ ਪੈਂਦਾ, ਕਦੀ ਅਸੀਂ ਕਿੱਥੇ ਜਾ ਕੇ ਵਿਸ਼ਰਾਮ ਕਰਦੇ ਹਾਂ। ਹੁਣ ਸਾਡਾ ਆਪਣਾ ਘਰ ਵੀ ਕੋਈ ਨਹੀਂ ਰਿਹਾ। ਹਾਂਜੀ, ਨਿਜ ਟਿਕ ਤੇ ਪੀ ਚਹੋ ਬਿਸ਼ੋਰੀ, ਕੌਣ ਦਿਸ਼ਾ ਹੋਏ ਹੈ ਤਬ ਮੋਰੀ। ਕਿਹੜੀ ਦਿਸ਼ਾ ਵੱਲ ਜਾਈਏ, ਕਿਹੜੀ ਦਿਸ਼ਾ ਸਾਨੂੰ ਆਪਣੀ ਜੀ ਮਹਿਸੂਸ ਹੋਵੇ। ਜਿਨ੍ਹਾਂ ਲੋਕਾਂ ਦਾ ਆਪਣਾ ਘਰ ਹੈ, ਜਿਹੜੇ ਆਪਣੇ ਘਰ ਵਿੱਚ ਰਹਿੰਦੇ ਨੇ, ਉਹ ਇੱਕ ਸੁਰੱਖਿਆ ਵਾਲੇ ਮਾਹੌਲ 'ਤੇ ਆਪਣੇ ਆਪ ਨੂੰ ਸਮਝਦੇ ਨੇ ਵੀ ਠੀਕ ਹੈ, ਦੁਨੀਆਦਾਰੀ ਇੱਕ ਪਾਸੇ, ਅਸੀਂ ਆਪਣੇ ਘਰ ਵਿੱਚ ਹਾਂ, ਸਾਨੂੰ ਕੋਈ ਇੱਥੋਂ ਤਾਂ ਨਹੀਂ ਕੱਢ ਸਕਦਾ। ਜਿਹੜੇ ਬੰਦੇ ਬੇਗਾਨੇ ਘਰਾਂ ਵਿੱਚ ਠਹਿਰੇ ਨੇ, ਬੈਠੇ ਨੇ, ਉਹਨਾਂ ਦੇ ਮਨ ਵਿੱਚ ਇਹ ਸੁਰੱਖਿਆ ਹੁੰਦੀ ਹੈ ਵੀ ਪਤਾ ਨਹੀਂ ਕਦੋਂ ਹੁਕਮ ਹੋ ਜਾਣਾ ਵੀ ਚੱਲੋ ਇੱਥੋਂ। ਸੋ ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਸੁੰਦਰ ਕੌਰ ਜੀ ਚਿੰਤਾ ਪ੍ਰਗਟਾਉਂਦੇ ਨੇ ਵੀ ਪਤਾ ਨਹੀਂ ਕਦੋਂ ਸਰਕਾਰ ਦੇ ਨਾਲ ਵੈਰ ਪੈ ਜਾਣਾ ਹੈ, ਪਤਾ ਨਹੀਂ ਕਦੋਂ ਕਿਸੇ ਦੇ ਮਨ ਦੀ ਦਸ਼ਾ ਬਿਟਰ ਜਾਣੀ ਹੈ, ਅਸੀਂ ਕਿਹੜੀ ਦਿਸ਼ਾ ਵੱਲ ਜਾਵਾਂਗੀਆਂ। ਤੁਮ ਸਮਰੱਥ ਉਚਿਤ ਸਭ ਕਰਬੇ, ਮਮ ਹਿਤ ਚਹਿ ਤਜ ਕਰੁਣਾ ਧਰਬੇ। ਪਰ ਐ ਕਰੁਣਾ ਦੇ ਦਾਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਤੁਸੀਂ ਕਿਰਪਾ ਕਰੋ, ਕਰੁਣਾ ਕਰੋ, ਸਾਡੇ ਵਾਸਤੇ ਵੀ ਕੁਝ ਸੋਚੋ। ਤਾਮ ਮਸਤ ਕੋ ਦੇਹੋ ਬਿਦਤਾਏ, ਜਿਸ ਕੋ ਪਿਖੇ ਸ਼ਾਂਤ ਚਿਤ ਪਾਏ। ਵੀ ਸਾਨੂੰ ਸਾਡੇ ਮਨ ਦੀ ਭਾਵਨਾ ਨੂੰ ਪੂਰਨ ਕਰੋ, ਜਿਹਦੇ ਨਾਲ ਸਾਡਾ ਚਿੱਤ, ਸਾਡਾ ਮਨ ਠਹਿਰ ਜਾਵੇ। ਰਹੋ ਇਹਾਂ ਮੈਂ ਧੀਰਜ ਧਰ ਕੇ, ਰਾਵਰ ਧਿਆਨ ਸਿਮਰਨ ਕਰਕੇ। ਸਤਿਗੁਰੂ ਜੀ ਮਹਾਰਾਜ ਕਹਿੰਦੇ ਇੱਥੇ ਪਰਮਾਤਮਾ ਦੇ ਨਾਮ ਨੂੰ ਜਪੋ, ਧੀਰਜ ਧਾਰ ਕੇ ਰਹੋ, ਔਰ ਸਾਰਾ ਖਾਲਸਾ ਹੀ ਤੁਹਾਡੀ ਗੋਦ ਵਿੱਚ ਪਾਇਆ। ਖਾਲਸੇ ਦੀ ਮਾਤਾ ਕੌਣ ਹੈ ਜੀ? ਮਾਤਾ ਸਾਹਿਬ ਕੌਰ ਜੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਸਾਰਾ ਖਾਲਸਾ ਹੀ ਤੁਹਾਡਾ ਪੁੱਤ ਹੈ, ਸਾਰੇ ਖਾਲਸੇ ਨੂੰ ਤੁਹਾਡੀ ਗੋਦ ਵਿੱਚ ਪਾਇਆ ਹੈ। ਜੇ ਤਿਆਰ ਬਰ ਤਿਆਰ ਖਾਲਸੇ ਵੱਲ ਵੇਖੋ, ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਹੋ ਜਾਣਗੇ। ਇਹ ਗੁਰੂ ਸਾਹਿਬ ਜੀ ਦੇ ਵਚਨ ਨੇ। ਮਾਤਾ ਜੀ ਨੇ ਜਦੋਂ ਪੁੱਛਿਆ ਵੀ ਤੁਹਾਡੇ ਦਰਸ਼ਨ ਕਰਨੇ ਹੋਣ, ਸਤਿਗੁਰੂ ਜੀ ਮਹਾਰਾਜ ਕਹਿੰਦੇ ਬਾਣੀ ਵਿੱਚ ਵੇਖਿਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਤਿਗੁਰੂ ਜੀ ਮਹਾਰਾਜ ਕਹਿੰਦੇ ਹਨ ਵੀ ਜੇਕਰ ਤੁਸੀਂ ਮੇਰੀ ਆਤਮਾ ਦੇ ਦਰਸ਼ਨ ਕਰਨੇ ਨੇ, ਮੇਰੀਆਂ ਵਿਚਾਰਾਂ ਦੇ ਦਰਸ਼ਨ ਕਰਨੇ ਨੇ, ਆਤਮਾ ਗ੍ਰੰਥ ਮੈਂ ਸਰੀਰ ਪੰਥ ਮੈਂ, ਜਦੋਂ ਤਿਆਰ ਬਰ ਤਿਆਰ ਖਾਲਸਾ ਚੜ੍ਹਦੀ ਕਲਾ ਵਾਲੇ ਸੂਰਮੇ ਇਕੱਠੇ ਹੋਏ ਹੋਣ, ਉਹਨਾਂ ਦੇ ਚਿਹਰੇ ਨੁਹਾਰ ਵੱਲ ਵੇਖਿਓ, ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਹੋ ਜਾਣਗੇ।
ਜਦੋਂ ਤੁਸੀਂ ਮੇਰੀ ਆਤਮਾ ਨੂੰ, ਮੇਰੇ ਵਿਚਾਰਾਂ ਨੂੰ, ਮੇਰੇ ਬੋਲਾਂ ਨੂੰ ਸੁਣਨਾ ਹੋਵੇ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਸੁਣ ਲਿਓ, ਇਉਂ ਮਹਿਸੂਸ ਹੋਵੇਗਾ ਗੁਰੂ ਗੋਬਿੰਦ ਸਿੰਘ ਆਪ ਬੋਲਦੇ ਪਏ ਨੇ। ਸੋ ਇਹ ਬਚਨ ਕਹਿ ਕੇ ਵੀ ਸਾਰਾ ਖਾਲਸਾ ਤੁਹਾਡੀ ਝੋਲੀ ਵਿੱਚ ਪਾਇਆ ਏ, ਸਾਰੇ ਹੀ ਤੁਹਾਡੇ ਬੱਚੇ ਹਨ। ਜਬ ਸਤ ਕੀ ਸੂਰਤ ਸਿਮਰੰਤੀ ਮਾ ਕਸ਼ਟ ਤੇ ਮੈਂ ਨਮਰੰਤੀ। ਤੇ ਸਤਿਗੁਰੂ ਜੀ ਮਹਾਰਾਜ ਤਿਨਾਂ ਅੱਗੇ ਫਿਰ ਮਾਤਾ ਜੀ ਆਪਣੀ ਚਿੰਤਾ ਪ੍ਰਗਟ ਕਰਦੇ ਨੇ ਵੀ ਮੈਂ ਆਪਣੇ ਸੁੱਤ ਦੀ ਸੂਰਤ ਵੇਖ ਕੇ ਮਨ ਦੀਆਂ ਚਿੰਤਾਵਾਂ ਨੂੰ ਠੰਡਾ ਕਰ ਲੈਂਦੀ ਸਾਂ। ਹੁਣ ਮੇਰੇ ਕੋਲ ਕੋਈ ਬੱਚਾ ਨਹੀਂ ਹੈ, ਕੋਈ ਸੁੱਤ ਨਹੀਂ ਹੈ, ਤੇ ਮੈਂ ਆਪਣੀ ਚਿੰਤਾ ਕਿਹਦੇ ਕੋਲ ਪ੍ਰਗਟਾਵਾਂਗੀ। ਏਤਕ ਦੁਖ ਪੂਰਬ ਭਾ ਮੋਹੇ ਬਿਰਹੇ ਆਪ ਤੇ ਕਿਆ ਗਤ ਹੋਏ। ਬਸ ਮੇਰਾ ਇੰਨਾ ਕੁ ਦੁੱਖ ਹੈ ਵੀ ਆਪ ਤੋਂ ਵਿਛੋੜਾ ਹੋ ਕੇ ਮੇਰੀ ਕਿਵੇਂ ਗਤੀ ਹੋਵੇਗੀ। ਕਹਿ ਅਲੰਬ ਮੈਂ ਰਹੋ ਦੁਖਾਰੀ ਤੁਮ ਜਗ ਗੁਰ ਪਤਿ ਅਸਗਤ ਵਾਰੀ। ਵੀ ਮੈਂ ਤਾਂ ਆਪ ਜੀ ਦੀ ਪਤਨੀ ਹਾਂ, ਤੁਸੀਂ ਦੁਨੀਆਂ ਦਾ ਉਧਾਰ ਕਰਦੇ ਹੋ, ਪਰ ਮੈਂ ਦੁਖਿਆਰੀ ਰਹਿ ਗਈ ਹਾਂ। ਸੁੱਤ ਕੀ ਸੂਰਤ ਮੋਹੇ ਦਿਖਾਓ ਜਿਮ ਕਿਮ ਪੂਰੋਏ ਮਮ ਦਵਾ। ਮੇਰੇ ਮਨ ਦੀ ਤਾਂ ਇੱਕੋ ਹੀ ਇੱਛਾ ਹੈ ਵੀ ਮੈਂ ਪੁੱਤਰ ਦਾ ਮੁਖ ਦੇਖਣਾ ਚਾਹੁੰਦੀ ਹਾਂ। ਕਿਸੇ ਵੀ ਪ੍ਰਕਾਰ ਮੇਰੇ ਮਨ ਦੀ ਇਹ ਕਾਮਨਾ ਨੂੰ ਪੂਰਨ ਕਰੋ। ਬਾਸ਼ਤ ਪਰੋ ਲਾਖਨ ਜਨ ਕੀ ਅਤੇ ਅਭਿਲਾਖਾਏ ਮਮ ਮਨ ਕੀ। ਮੇਰੇ ਮਨ ਦੀ ਤਾਂ ਇਹੋ ਹੀ ਅਭਿਲਾਖਾ ਹੈ ਵੀ ਤੁਸੀਂ ਦੁਨੀਆਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਹੋ, ਮੈਂ ਤਾਂ ਤੁਹਾਡੇ ਮਹਿਲ ਹਾਂ, ਮੈਂ ਤਾਂ ਤੁਹਾਡੀ ਪਤਨੀ ਹਾਂ। ਮਮ ਪੁਨ ਕੀ ਪੁਨ ਆਇਸ ਕੋ ਮਨ ਸੁਭ੍ਰਹੋ ਬਿਸ਼ਰੇਸ ਪੁਰੀ ਮਜਾਰੀ। ਤੇ ਮੈਂ ਜੇਕਰ ਤੁਸੀਂ ਮੇਰੀ ਕਾਮਨਾ ਨੂੰ ਪੂਰਨ ਕਰਦੇ ਹੋ ਤੇ ਮੈਂ ਇਸ ਪੁਰੀ ਵਿੱਚ ਆਪ ਜੀ ਦਾ ਚਿਹਰਾ ਪੁੱਤਰ ਵਿੱਚੋਂ ਵੇਖ ਕੇ ਰਹਿ ਲਵਾਂਗੀ। ਇਤਿਆਦਿਕ ਕਹਿ ਕਹਿ ਬਹੁ ਰੋਈ ਭਈ ਦੀਨ ਮਮ ਸੋਕ ਪਰੋਈ। ਮੈਂ ਨਿਮਾਣੀ ਆਪ ਜੀ ਦੇ ਚਰਨਾਂ ਤੇ ਢਹਿ ਕੇ ਵਿਰਲਾਪ ਵਿੱਚ ਬਿਰਹਿ ਵਿੱਚ ਇਹ ਬੇਨਤੀਆਂ ਕਰਦੀ ਹਾਂ। ਇਸ ਬਾਸੁਰ ਸੁਤ ਸੂਰਤ ਚਿਤਵਤ ਦਿਓ ਸਮਨਿੰਦ ਬਰਖੇ ਬਿਰਵਤ। ਮੇਰਾ ਜਿਹੜਾ ਪੁੱਤਰ ਸੀ, ਮੈਂ ਉਸ ਪੁੱਤਰ ਦੀ ਨਿਸ ਬਾਸੁਰ ਦਿਨ ਰਾਤ ਹਰ ਰੋਜ਼ ਸੂਰਤ ਨੂੰ ਆਪਣੇ ਮਨ ਅੰਦਰ ਚੇਤੇ ਕਰਦੀ। ਇਹ ਦੁੱਖ ਉਹ ਮਾਵਾਂ ਜਾਣਦੀਆਂ ਨੇ ਜਿਨ੍ਹਾਂ ਦੇ ਭਰ ਜਵਾਨੀ ਵਿੱਚ ਪੁੱਤ ਇਸ ਜਹਾਨੋਂ ਚਲੇ ਗਏ। ਜਿਹੜੇ ਫੌਜੀ ਵੀਰ ਜਵਾਨ ਨੇ ਉਹਨਾਂ ਦੀਆਂ ਮਾਵਾਂ, ਜਿਹੜੇ ਇਕੱਲੇ ਇਕੱਲੇ ਪੁੱਤ ਸਨ, ਉਹਨਾਂ ਦੀਆਂ ਮਾਵਾਂ ਨੂੰ ਜਾ ਕੇ ਕਿਤੇ ਮਿਲਿਓ, ਕਿਤੇ ਪੁੱਛਿਓ ਉਹਨਾਂ ਦੀਆਂ ਮਾਵਾਂ ਨੂੰ ਜਾ ਕੇ ਕੀ ਹਾਲ ਹੁੰਦਾ ਹੈ। ਸਾਰੀ ਜ਼ਿੰਦਗੀ ਫੋਟੋ ਛਾਤੀ ਨਾਲ ਲਾ ਕੇ ਰੋਂਦੀਆਂ ਨੇ ਵੀ ਹਾਏ ਸਾਡਾ ਵੀਰ ਜਵਾਨ ਪੁੱਤ ਇਸ ਜਹਾਨੋਂ ਚਲੇ ਗਿਆ। ਤੇ ਜਿਸ ਮਾਂ ਦਾ ਇੱਕ ਪੁੱਤਰ ਇਸ ਜਹਾਨੋਂ ਚਲੇ ਜਾਵੇ ਸ਼ੂਰ ਵੀਰਤਾ ਨਾਲ, ਭਾਵੇਂ ਹੀ ਉਹ ਗੁਰੂ ਦੇ ਮਹਿਲ ਹਨ, ਪਰ ਇੱਕ ਮਾਂ ਦਾ ਹਿਰਦਾ ਤਾਂ ਹੈ ਨਾ। ਦਿਨ ਰਾਤ ਆਪਣੇ ਪੁੱਤ ਦੀ ਸੂਰਤ ਨੂੰ ਆਪਣੇ ਚਿੱਤ ਅੰਦਰ ਯਾਦ ਕਰਕੇ, ਚੇਤੇ ਕਰ ਕਰਕੇ ਵਿਰਲਾਪ ਕਰਦੇ ਹਨ। ਦੋਹਰਾ ਦੀਨ ਮਨਾਇਤ ਸੁੰਦਰੀ ਪਤ ਵਰਤਾ ਤ੍ਰਿਤਵੰਤ। ਮਾਤਾ ਸੁੰਦਰ ਕੌਰ ਜੀ, ਜੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਿਲ ਹਨ ਤੇ ਪੂਰਨ ਪਤੀ ਵਰਤਾ ਇਸਤਰੀ ਹਨ, ਧੀਰਜਵਾਨ ਔਰਤ ਹਨ। ਬਹੁ ਸਮਤਾ ਧੀਰਗ ਦਸੈ ਜਬ ਇਨ ਪਰਿਉ ਬਿਰਤੰਤ। ਜਦੋਂ ਇਹ ਸਾਰਾ ਬਿਰਤੰਤ ਬਿਰਤਾਂਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਧੀਰਜ ਦੇ ਨਾਲ ਮਾਤਾ
ਸਾਹਿਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਤੋਂ ਸਰਵਣ ਕੀਤਾ। ਸ਼੍ਰੀ ਸਤਿਗੁਰ ਸੁਣ ਕੇ ਸਭ ਬਾਣੀ ਦੇਨ ਹਰ ਕਮਰਦ ਕੀਨ ਬਖਾਨੀ। ਮਹਾਰਾਜ ਜੀ ਨੇ ਸਾਰੀਆਂ ਗੱਲਾਂ ਬਾਤਾਂ ਸੁਣੀਆਂ, ਬੜੇ ਪਿਆਰ ਦੇ ਨਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਨੂੰ ਧਰਵਾਸ ਦੇ ਰਹੇ ਨੇ, ਦਿਲਾਸਾ ਦੇ ਰਹੇ ਨੇ, ਬੜੀ ਮਧੁਰ ਪਿਆਰ ਵਾਲੀ ਬਾਣੀ ਦੇ ਨਾਲ। ਹੇ ਸੁਭ ਮਤੇ ਖਿਲ ਜੇ ਲੋਕ ਨਾਮ ਰੂਪ ਨਾਨਾ ਅਵਲੋਕ। ਨਾਮ ਤੋਂ ਬਗੈਰ ਇਸ ਸੰਸਾਰ ਤੇ ਕੋਈ ਵੀ ਚੀਜ਼ ਥਿਰ ਰਹਿਣ ਵਾਲੀ ਨਹੀਂ। ਕਦੀ ਕਬਾਰ ਨਾ ਗਿਆਨੀ ਵੀ ਡੋਲ ਜਾਂਦੇ ਨੇ। ਹੁਣ ਵੇਖੋ ਦੁੱਖ ਹੈ ਹੀ ਐਸਾ ਬਹੁਤੀ ਵਾਰ, ਕਿਉਂਕਿ ਮੈਂ ਆਪਣੀ ਵੀ ਵਿਆਖਿਆ ਜਿਹੜੀ ਉਹ ਕਰਦਾ ਹੁੰਦਾ ਵੀ ਦੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਪੁੱਤ ਨੇ, ਉਹਨਾਂ ਚਾਰ ਵਾਰੇ ਨੇ, ਉਹਨਾਂ ਦੇ ਮਨ ਦੇ ਅੰਦਰ ਦੁੱਖ ਨਹੀਂ, ਕਿਉਂ ਨਹੀਂ? ਦੁੱਖ ਆਇਆ ਜ਼ਰੂਰ ਹੋਏਗਾ, ਪਰ ਗੁਰੂ ਸਾਹਿਬ ਜੀ ਡੋਲੇ ਨਹੀਂ ਸਨ। ਜਦੋਂ ਕੋਈ ਆਪਣਾ ਦੂਰ ਜਾਂਦਾ ਹੈ ਨਾ, ਵੱਡੇ ਤੋਂ ਵੱਡਾ ਡੋਲਦਾ ਹੈ, ਦੁੱਖ ਜ਼ਰੂਰ ਆਉਂਦਾ ਹੈ, ਪਰ ਉੱਥੇ ਗੱਲ ਇਹ ਕਹਿ ਸਕਦੇ ਹਾਂ ਵੀ ਮਹਾਰਾਜ ਉਸ ਦੁੱਖ ਵਿੱਚ ਡੋਲੇ ਨਹੀਂ। ਮਹਾਰਾਜ ਆਮ ਲੋਕਾਂ ਵਾਂਗ ਧਾਹਾਂ ਮਾਰ ਮਾਰ ਕੇ ਰੋਏ ਨਹੀਂ, ਵਿਰਲਾਪ ਨਹੀਂ ਕੀਤਾ। ਗੁਰੂ ਸਾਹਿਬ ਜੀ ਨੇ ਆਪਣੇ ਆਪ ਨੂੰ ਸੰਭਾਲਿਆ, ਆਪਣੇ ਮਨ ਨੂੰ ਸਮਝਾਇਆ ਹੋਏਗਾ। ਸਤਿਗੁਰੂ ਜੀ ਮਹਾਰਾਜ ਆਪਣੇ ਅੰਦਰ ਨੂੰ ਅਡੋਲ ਰੱਖ ਕੇ ਇਸ ਦੁਨੀਆਂ ਦੇ ਵਿੱਚ ਵਿਚਰੇ ਹੋਣਗੇ। ਕਿਹੜਾ ਪਿਤਾ ਦੁਨੀਆਂ ਦੇ ਅੰਦਰ ਜਿਹੜਾ ਦੁਆਵਾਂ ਕਰ ਕਰਕੇ ਪੁੱਤ ਮੰਗੇ ਅਤੇ ਉਸ ਤੋਂ ਬਾਅਦ ਉਹਨਾਂ ਦੇ ਜਾਣ ਦੇ ਅੱਖ ਵਿੱਚੋਂ ਇੱਕ ਹੰਝੂ ਵੀ ਨਾ ਆਵੇ। ਇਹ ਤਾਂ ਪਿਤਾ ਦੇ ਅੰਦਰ ਦਾ ਜਿਹੜਾ ਸੁਭਾਵ ਹੈ ਨਾ, ਸਤਿਗੁਰੂ ਜੀ ਮਹਾਰਾਜ ਜੀ ਨੇ ਉਹਨੂੰ ਬੰਨ ਕੇ ਰੱਖਿਆ। ਜਦੋਂ ਇੱਦਾਂ ਮਹਾਰਾਜ ਜ਼ਮੀਨ ਵਿੱਚ ਤੀਰ ਮਾਰ ਕੇ ਘਾਹ ਦੀਆਂ ਜੜ੍ਹਾਂ ਪੁੱਟ ਰਹੇ ਨੇ, ਉਦੋਂ ਗੁਰੂ ਸਾਹਿਬ ਕਹਿੰਦੇ ਨੇ ਵੀ ਜਾ ਔਰੰਗਿਆ, ਤੇਰੀਆਂ ਜੜ੍ਹਾਂ ਪੁੱਟੀਆਂ ਗਈਆਂ। ਉਹਦਾ ਮਤਲਬ ਹੀ ਇਹ ਹੈ ਵੀ ਤੂੰ ਮੇਰੇ ਚਾਰ ਪੁੱਤ ਬੇਕਸੂਰ ਮਾਰੇ ਨੇ, ਤੂੰ ਜ਼ੁਲਮ ਕੀਤਾ, ਧੱਕਾ ਕੀਤਾ, ਅਤੇ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਤੂੰ ਨਿਸ਼ਾਨ ਮਿਟਾਉਣ ਦੇ ਯਤਨ ਕੀਤੇ ਨੇ, ਇਹ ਮੁਗਲੀਆ ਸਲਤਨਤ ਦੀਆਂ ਜੜ੍ਹਾਂ ਵੀ ਨਹੀਂ ਰਹਿਣਗੀਆਂ, ਵੀ ਖਤਮ ਹੋ ਜਾਣਗੀਆਂ। ਖਤਮ ਹੋ ਗਈਆਂ ਅੱਜ ਜੜ੍ਹਾਂ, ਕੋਈ ਨਹੀਂ ਬਚਿਆ। ਉਹਨਾਂ ਦੀਆਂ ਮੜੀਆਂ 'ਤੇ ਦੀਵਾ ਜਗਾਉਣ ਵਾਲਾ ਕੋਈ ਨਹੀਂ, ਅਤੇ ਗੁਰੂ ਘਰ ਦੀਆਂ ਜੋਤਾਂ ਵਿੱਚ ਕੁਇੰਟਲਾਂ ਦੇ ਹਿਸਾਬ ਨਾਲ ਘਿਓ ਚੜ੍ਹ ਜਾਂਦਾ ਹੈ। ਇਹ ਗੱਲ ਯਾਦ ਰੱਖੀਏ, ਗੁਰੂ ਘਰ ਦੇ ਦੀਵੇ ਅੱਜ ਵੀ ਜਗਦੇ ਨੇ, ਜੋਤਾਂ ਅੱਜ ਵੀ ਜਗਦੀਆਂ ਨੇ, ਉਹਨਾਂ ਦੀਆਂ ਮੜੀਆਂ 'ਤੇ ਦੀਵਾ ਜਗਾਉਣ ਵਾਲਾ ਕੋਈ ਨਹੀਂ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੁਨੀਆਂ ਦੇ ਮਹਾਨ ਪਿਤਾ ਸਨ, ਜਿਨ੍ਹਾਂ ਆਪਣੇ ਪੁੱਤਾਂ ਨੂੰ ਰੱਜ ਕੇ ਪਿਆਰ ਕੀਤਾ। ਪਰ ਜਦੋਂ ਵਕਤ ਆਇਆ, ਜਦੋਂ ਸਮਾਂ ਆਇਆ, ਇੱਥੇ ਕੋਈ ਜ਼ੋਰ ਜ਼ਬਰਦਸਤੀ ਨਹੀਂ ਸੀ। ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਆਪਣੇ ਪੁੱਤਰ ਫਰਜ਼ ਨੂੰ ਜਾਣਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਸ ਆਏ ਸਨ, ਸਾਨੂੰ ਆਗਿਆ ਦਿਓ। ਸਾਡੇ ਨਾਲ ਦੇ ਜਿੰਨੇ ਸਾਥੀ ਨੇ ਸ਼ਹਾਦਤ ਦੇ ਜਾਨ ਪੀ ਗਏ ਨੇ, ਅਸੀਂ ਬੁਜ਼ਦਿਲ ਨਹੀਂ ਹਾਂ, ਅਸੀਂ ਕਾਇਰ ਨਹੀਂ ਹਾਂ ਵੀ ਇੱਥੇ ਖੜ੍ਹੇ ਹੋ ਕੇ ਦੇਖੀ ਜਾਈਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਪਿਤਾ ਦਾ ਫਰਜ਼ ਨਿਭਾਇਆ, ਆਪਣੇ ਹੱਥੀਂ ਤਿਆਰ ਕਰਕੇ ਆਪਣੇ ਫਰਜ਼ੰਦਾਂ ਨੂੰ ਮੌਤ ਦੇ ਮੈਦਾਨ, ਜੰਗੇ ਮੈਦਾਨ ਵੱਲ ਤੋਰਿਆ। ਪਤਾ ਵੀ ਇੱਥੋਂ ਕੋਈ ਵਾਪਸ ਨਹੀਂ ਆਉਣਾ। ਪੁੱਤਾਂ ਨੇ ਪੁੱਤ ਹੋਣ ਦਾ ਫਰਜ਼ ਨਿਭਾਇਆ, ਪਿਓ ਨੇ ਪਿਓ ਹੋਣ ਦਾ ਫਰਜ਼ ਨਿਭਾਇਆ, ਰਣ ਭੂਮੀ ਦੇ ਵਿੱਚ ਜਾ ਕੇ ਮਰਦੇ ਮੈਦਾਨ ਹੋ ਕੇ ਲੜੇ ਨੇ। ਸੰਸਾਰ ਅੰਦਰ ਮੌਤ ਬਹੁਤਿਆਂ ਨੂੰ ਆਈ ਹੈ। ਮੈਂ ਪਹਿਲਾਂ ਵੀ ਆਖਿਆ ਵੀ ਮੌਤ ਮੌਤ ਵਿੱਚ ਬੜਾ ਫਰਕ ਜੇ, ਮੌਤ ਬਹੁਤਿਆਂ ਨੂੰ ਆਈ ਹੈ। ਕਈਆਂ ਦੀ ਮੌਤ ਦੁਨੀਆਂ ਵਾਸਤੇ ਪੂਜਨੀਕ ਹੋ ਗਈ, ਅਤੇ ਕਈ ਮਰਦੇ ਅਤੇ ਦੁਨੀਆਂ ਗਾਲਾਂ ਕੱਢਦੀ ਵੀ ਚੰਗਾ ਹੋਇਆ ਮਗਰੋਂ ਲੱਥ ਗਿਆ।
ਆਹ ਫਰਕ ਹੈ ਬਸ, ਯੋਧਿਆਂ ਸ਼ੂਰਵੀਰਾਂ ਦੀ ਮੌਤ ਵਿੱਚ ਅਤੇ ਕਾਇਰ ਬੁਜ਼ਦਲਾਂ ਦੀ ਮੌਤ ਵਿੱਚ। ਜੇ ਇਹ ਗੱਲ ਮਨ ਵਿੱਚ ਲੈ ਆਉਂਦੇ ਵੀ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਦੇ ਪੁੱਤ, ਸਾਨੂੰ ਲੜਨ ਦੀ ਕੀ ਲੋੜ ਹੈ, ਅੱਜ ਦੁਨੀਆ ਮੱਥਾ ਨਾ ਸਿਰ ਨਾ ਝੁਕਾਉਂਦੀ। ਪੁੱਤਾਂ ਨੇ ਫਰਜ਼ ਨਿਭਾਇਆ ਵੀ ਅਸੀਂ ਐਡੇ ਮਹਾਨ ਪਿਤਾ ਦੇ ਪੁੱਤ ਹਾਂ, ਸਾਡਾ ਫਰਜ਼ ਬਣਦਾ ਹੈ ਰਣ ਮੈਦਾਨ ਅੰਦਰ ਜਾ ਕੇ ਸ਼ਹਾਦਤ 'ਤੇ ਜਾਣ ਪੀਣ ਦਾ। ਦੁਨੀਆ ਬੋਲੇ ਵੀ ਗੁਰੂ ਗੋਬਿੰਦ ਸਿੰਘ ਨੇ ਜਿੱਦਾਂ ਬੇਗਾਨੇ ਪੁੱਤਾਂ ਦੇ ਮਰਨ 'ਤੇ ਤਾੜੀਆਂ ਮਾਰੀਆਂ ਅਤੇ ਜਕਾਰੇ ਛੱਡੇ, ਜਦੋਂ ਅਸੀਂ ਸ਼ਹਾਦਤ 'ਤੇ ਜਾਮ ਪੀਵਾਂਗੇ ਸਾਡਾ ਪਿਓ ਫਕਰ ਨਾਲ ਜਕਾਰਾ ਛੱਡ ਕੇ, ਅਤੇ ਸਾਡੀ ਵਾਰੀ ਵੀ ਉਹੀ ਬਚਨ ਕਹੇਗਾ। ਅਤੇ ਸਤਿਗੁਰੂ ਜੀ ਨੇ ਉਹ ਬਚਨ ਕੀਤੇ। ਕਿਲ੍ਹੇ ਦੀ ਮਮਟੀ 'ਤੇ ਚੜ੍ਹ ਕੇ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਸ਼ਹਾਦਤ 'ਤੇ ਜਾਮ ਪੀਂਦੇ ਆ ਦੇਖਦੇ ਨੇ, ਅਤੇ ਮਹਾਰਾਜ ਉੱਚੀ ਆਵਾਜ਼ ਵਿੱਚ ਜਕਾਰਾ ਲਗਾ ਕੇ ਕਹਿੰਦੇ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਮੇਰਾ। ਮਹਾਰਾਜ ਅੱਜ ਤੇਰੇ ਦਿੱਤੇ ਸਨ, ਤੈਨੂੰ ਸੌਂਪ ਦਿੱਤੇ ਨੇ, ਮਰਨਾ ਕਿਸਨੇ ਨਹੀਂ ਹੈ, ਮੈਂ ਵੀ ਮਰਨਾ ਹੈ, ਉਹਨਾਂ ਨੇ ਵੀ ਮਰਨਾ ਜਿਨ੍ਹਾਂ ਦੀਆਂ ਆਸਾਂ ਨਹੀਂ ਸੀ। ਕੋਈ ਨਹੀਂ ਕਿਸੇ ਦਾ ਪਤਾ, ਕੋਈ ਕਿਸੇ ਬਾਰੇ ਜਸਟੀਫਿਕੇਸ਼ਨ ਨਹੀਂ ਦੇ ਸਕਦਾ ਵੀ ਇਹਨੇ ਇੰਨਾ ਸਮਾਂ ਰਹਿਣਾ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪੁੱਛਿਆ ਸੀ ਸਵਾਲ ਉਹਨਾਂ ਤੋਂ ਵੀ, ਕਿੰਨਾ ਸਮਾਂ ਮਹਾਰਾਜ ਹੋਰ ਲੱਗਦਾ ਤੁਹਾਨੂੰ, ਤੁਸੀਂ ਤਾਂ ਬਹੁਤ ਵੱਡੇ ਇਸ਼ਟ ਹੋ, ਤੁਸੀਂ ਤਾਂ ਗੁਰੂ ਨਾਨਕ ਹੋ, ਤੁਹਾਨੂੰ ਤਾਂ ਪਤਾ ਹੋਏਗਾ। ਫਿਰ ਮਹਾਰਾਜ ਜੀ ਨੇ ਜਵਾਬ ਦਿੱਤਾ, ਬਾਣੀ ਅੰਦਰ ਜਵਾਬ ਦਰਜ ਹੈ ਸਿੱਖਾਂ ਨੂੰ ਸਮਝਾਉਣ ਵਾਸਤੇ, ਹਮ ਆਦਮੀ ਹਾਂ ਇੱਕਦਮੀ ਮੋਹਲਤ ਮੋਹਤ ਨਾ ਜਾਣਾ। ਇੱਕਦਮ ਇੱਕ ਸਵਾਸ ਜਿਹੜਾ ਅੰਦਰ ਆ ਗਿਆ ਉਹ ਹੀ ਹੈ, ਉਹ ਸਵਾਸ ਨੇ ਬਾਹਰ ਆਉਣਾ ਕਿ ਨਹੀਂ ਆਉਣਾ ਉਹ ਕਰਤੇ ਦੀ ਮਰਜ਼ੀ। ਇੱਕਦਮ ਹੀ ਮੋਹਲਤ ਮੋਹਤ ਨਾ ਜਾਣਾ, ਨਾਨਕ ਬਿਨਵੈ ਤਿਸੇ ਸਰੇਵੋ ਜਾਂ ਕੇ ਜੀ ਪੁਰਾਣਾ। ਇਸ ਕਰਕੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਹ ਬਚਨ ਸਮਝਾ ਰਹੇ ਨੇ ਮਾਤਾ ਜੀ ਨੂੰ ਵੀ ਆਪ ਜੀ ਚਿੰਤਾ ਛੱਡੋ, ਸਾਰਾ ਸੰਸਾਰ ਹੀ ਕਹੋ ਨਾਨਕ ਇਸ ਜਗਤ ਮੈਂ, ਮਹਾਰਾਜ ਕਹਿੰਦੇ ਕੋਈ ਥਿਰ ਨਹੀਂ ਹੈ ਇਸ ਜਗਤ ਦੇ ਵਿੱਚ, ਕੋਈ ਵੀ ਸਥਿਰ ਨਹੀਂ ਹੈ। ਜੇ ਤੁਹਾਡੇ ਕੋਲ ਚਾਰ ਪੁੱਤਰ ਸਨ, ਚਾਰੇ ਮਰਦੇ ਮੈਦਾਨ ਸ਼ੂਰਵੀਰ ਹੋ ਕੇ ਲੜ ਕੇ ਇਸ ਜਹਾਨ ਤੋਂ ਗਏ ਨੇ, ਬੜੇ ਫਖਰ ਸ਼ਾਨ ਵਾਲੀ ਗੱਲ ਹੈ, ਅਤੇ ਪੁੱਤਾਂ ਨੇ ਕਿਹਦਿਆਂ ਨੇ ਨਹੀਂ ਜਾਣਾ। ਬਸ ਗੱਲ ਇਹ ਹੁੰਦੀ ਹੈ ਵੀ ਮਾਂ ਪਿਓ ਪਹਿਲਾਂ ਚਲੇ ਜਾਂਦੇ, ਪੁੱਤ ਬਾਅਦ ਵਿੱਚ ਚਲੇ ਜਾਂਦੇ, ਪਰ ਜਾਣਾ ਸਭਨਾਂ ਨੇ ਹੈ, ਇੱਥੇ ਕੋਈ ਸਥਿਰ ਨਹੀਂ ਹੈ। ਇੱਦਾਂ ਫਿਰ ਮਹਾਰਾਜ ਦਿਲ ਨੂੰ ਤਰਵਾਸ ਵਿਸ਼ਵਾਸ ਦਿਲਾਸਾ ਦੇ ਰਹੇ ਹਨ। ਬਿਨ ਸੁਨਿਹਾਰ ਸਕਲ ਹੀ ਹੈ ਭੂਤ ਜੋ ਤੇ ਭਵਿਖ ਨਾ ਰਹੇ। ਮਹਾਰਾਜ ਕਹਿੰਦੇ ਸਭ ਨੇ ਬਿਨਸ ਜਾਣਾ ਹੈ, ਇਹ ਇਮਾਰਤਾਂ ਖਤਮ ਹੋ ਜਾਣੀਆਂ, ਇਹ ਬਣਾਈਆਂ ਹੋਈਆਂ ਵਸਤੂਆਂ ਬਣਾਏ ਹੋਏ ਪਦਾਰਥ ਮੁੱਕ ਜਾਣੇ ਨੇ, ਅਤੇ ਸਭ ਤੋਂ ਵੱਡੀ ਅਟਲ ਸੱਚਾਈ ਹੈ ਜੋ ਭੂਤ ਕਾਲ ਵਿੱਚ ਹੈ ਉਹ ਭਵਿੱਖ ਵਿੱਚ ਕਦੀ ਨਹੀਂ ਹੋ ਸਕਦਾ, ਜੋ ਬੀਤ ਗਿਆ ਉਹ ਅੱਜ ਨਹੀਂ ਆ ਸਕਦਾ। ਅੱਜ ਦੀ ਸਭਾ ਲੱਗੀ, ਅੱਜ ਦੇ ਬਚਨ ਹੋਏ, ਅੱਜ ਦੀ ਕਥਾ ਹੋਈ, ਸੱਚ ਜਾਣਿਓ ਇਹ ਦੁਬਾਰਾ ਕਦੀ ਨਹੀਂ ਜੀ ਹੋਣੀ। ਇਹ ਸੰਗਤ ਇੰਨੀ ਦੁਬਾਰਾ ਇਹੋ ਜਿਹੀ ਇਹੋ ਜਿਹੇ ਰੂਪ ਇਹੋ ਜਿਹੇ ਚਿਹਰੇ ਕੱਲ੍ਹ ਹੋਵਾਂਗੇ ਜ਼ਰੂਰ, ਪਰ ਅੱਜ ਵਰਗਾ ਕੱਲ੍ਹ ਕਦੀ ਨਹੀਂ ਹੋਏਗਾ, ਜੋ ਅੱਜ ਹੋ ਗਿਆ ਉਹ ਕੱਲ੍ਹ ਨਹੀਂ ਜੀ ਹੋਣਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੀ ਪਤਨੀ ਨੂੰ ਸਮਝਾ ਰਹੇ ਨੇ ਵੀ ਭੂਤ ਵਿੱਚ ਜੋ ਹੋ ਗਿਆ ਉਹ ਭਵਿੱਖ ਵਿੱਚ ਨਹੀਂ ਹੁੰਦਾ। ਆਪਣਾ ਧਰਮ ਗਾਡੋ ਕਰ ਮਰੇ ਸੋ ਨਰ ਤਨ ਸਿੰਧ ਜਗ ਤਰੇ। ਜਿਹੜਾ ਵੀ ਗੁਰੂ ਖਾਲਸੇ ਪੰਥ ਨਾਲ ਟੱਕਰ ਲੈਣ ਵਾਸਤੇ ਆਇਆ ਉਹ ਆਪਣੇ ਕਰਮਾਂ ਕਰਕੇ ਮਾਰਿਆ ਗਿਆ, ਉਹ ਆਪਣੇ ਕਰਮਾਂ ਦਾ ਫਲ ਲੈ ਗਿਆ।
ਅਸੀਂ ਆਪਣਾ ਫਰਜ਼ ਨਿਭਾਇਆ ਹੈ। ਨਰ ਪ੍ਰਾਪਤ ਕੋ ਇਹੋ ਕਾਜਾ ਤਾਰਨ ਤਰਨ ਸਮਾਨ ਜਹਾਜਾ। ਸਾਰੇ ਪ੍ਰਾਣੀ ਇਸ ਸੰਸਾਰ ਅੰਦਰ ਆਪੋ ਆਪਣੇ ਫਰਜ਼ ਨਿਭਾਉਣ ਵਾਸਤੇ ਆਉਂਦੇ ਨੇ, ਆਪੋ ਆਪਣੇ ਕਰਮਾਂ ਨੂੰ ਪੂਰਾ ਕਰਨ ਵਾਸਤੇ ਆਉਂਦੇ ਨੇ। ਇਹੋ ਹੀ ਤਾਂ ਜਗਤ ਦੀ ਖੇਡ ਹੈ। ਵੇਖੋ, ਪ੍ਰਸ਼ਾਦਾ ਭੋਜਨ ਤਾਂ ਜਾਨਵਰ ਵੀ ਛਕਦੇ ਨੇ, ਸੌਂਦੇ ਜਾਗਦੇ ਉਹ ਵੀ ਨੇ, ਆਪਣੇ ਬੱਚਿਆਂ ਨੂੰ ਤਾਂ ਉਹ ਵੀ ਸੰਭਾਲਦੇ ਨੇ, ਜੋ ਮੂਲ ਸਿੱਖਿਆ ਦੇਣੀ ਹੁੰਦੀ ਉਹ ਵੀ ਦਿੰਦੇ ਨੇ। ਸ਼ੇਰ ਆਪਣੇ ਬੱਚਿਆਂ ਨੂੰ ਸ਼ਿਕਾਰ ਕਰਨਾ ਨਹੀਂ ਸਿਖਾਉਂਦਾ, ਕੁੱਤਾ ਆਪਣੇ ਬੱਚਿਆਂ ਨੂੰ ਭੌਂਕਣਾ ਨਹੀਂ ਸਿਖਾਉਂਦਾ, ਮੂਲ ਫਰਜ਼ ਤਾਂ ਉਹ ਵੀ ਅਦਾ ਕਰਦੇ ਨੇ। ਬੰਦੇ ਅਤੇ ਜਾਨਵਰਾਂ ਵਿੱਚ ਕੀ ਫਰਕ ਹੈ? ਬੰਦਾ ਆਪਣੀ ਫੀਲਿੰਗ, ਆਪਣੀ ਭਾਵਨਾ ਦੱਸ ਸਕਦਾ, ਖੁਦ ਨੂੰ ਸਵਾਰ ਸਕਦਾ, ਭਲਾ ਕਰ ਸਕਦਾ। ਜਾਨਵਰਾਂ ਵਿੱਚ ਇਹ ਬਿਰਤੀ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਹਨ, ਆਉਣਾ ਉਸ ਦਾ ਸਫਲ ਹੈ ਜੋ ਅਵਰ ਕਾਜ ਨੂੰ ਛੱਡ ਕੇ ਸਾਧ ਸੰਗਤ ਵਿੱਚ ਬੈਠ ਕੇ ਨਾਮ ਨਾਲ ਜੁੜ ਜਾਵੇ। ਸਤ ਧਰਮ ਸ਼ਤਰੀਅਨ ਕੇਰਾ ਰਨ ਮੈਂ ਸੋ ਨਿਰਬਾਹ ਬਡੇਰਾ। ਸ਼ਸਤਰ ਚੁੱਕਣ ਵਾਲਾ ਛਤਰੀ ਹੈ ਅਤੇ ਛਤਰੀ ਧਰਮ ਜੰਗੇ ਮੈਦਾਨ ਨੂੰ ਛੱਡ ਕੇ ਭੱਜਣਾ ਨਹੀਂ। ਸੋ ਸਾਧ ਸੰਗਤ ਜੀ, ਇਉਂ ਗੁਰਦੇਵ ਪਾਤਸ਼ਾਹ ਜੀ ਬਚਨ ਕਰਦਿਆਂ ਹੋਇਆਂ ਆਪਣੇ ਮਹਿਲ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ ਨੂੰ ਸਮਝਾ ਰਹੇ ਹਨ। ਕੀ ਬਚਨ ਹੁੰਦੇ ਨੇ ਉਹ ਕੱਲ੍ਹ ਦੇ ਦੀਵਾਨ ਅੰਦਰ ਆਪ ਜੀ ਦੇ ਨਾਲ ਸਾਂਝੇ ਕਰਾਂਗੇ। ਇਹੋ ਹੀ ਬੇਨਤੀ ਕਰਾਂਗਾ ਵੀ ਮਾਤਾ ਸੁੰਦਰ ਕੌਰ ਜੀ ਦੀ ਜੋ ਹਵੇਲੀ ਹੈ, ਗੁਰਦੁਆਰਾ ਮਾਤਾ ਸੁੰਦਰੀ ਜੀ, ਆਪ ਜੀ ਜਾਓ, ਦਰਸ਼ਨ ਕਰੋ। ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ ਦਾ ਅੰਗੀਠਾ ਗੁਰਦੁਆਰਾ ਬਾਲਾ ਸਾਹਿਬ, ਆਪ ਜੀ ਜਦੋਂ ਜਾਓਗੇ ਉੱਥੇ ਇੱਕ ਪਾਸੇ ਅੰਗੀਠਾ ਬਣਿਆ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ ਦਾ, ਜਿੱਥੇ ਮਾਤਾ ਜੀ ਦਾ ਸੰਸਕਾਰ ਹੋਇਆ ਸੀ। ਉਹ ਉਹ ਸਥਾਨ ਹੈ ਜਿੱਥੇ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਵੀ ਸੰਸਕਾਰ ਹੋਇਆ। ਇਹ ਸਾਡੇ ਇਤਿਹਾਸਿਕ ਧਰੋਹਰ ਨੇ, ਇਹਨਾਂ 'ਤੇ ਜਾ ਕੇ ਦਰਸ਼ਨ ਕਰੀਏ, ਇਤਿਹਾਸ ਨਾਲ ਜੁੜੀਏ, ਆਪ ਵੀ ਜਾਣੂ ਹੋਈਏ, ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਜੋੜੀਏ। ਇਤਿਹਾਸ ਦੀ ਬਾਤਾਂ ਕਹਿੰਦੇ ਆ ਬੇਅੰਤ ਭੁੱਲਾਂ ਹੋ ਗਈਆਂ ਨੇ। ਆਪ ਸਰਬੱਤ ਸੰਗਤ ਬਖਸ਼ਣਾ ਰਹੇ ਹੋ, ਬਖਸ਼ ਦੇਣਾ ਬੜਾ ਧੰਨਵਾਦ ਹੈ ਆਪ ਸਰਬੱਤ ਸੰਗਤ ਦਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਇਸ ਪਾਵਨ ਸਥਾਨ ਦੇ ਹੈੱਡ ਗ੍ਰੰਥੀ ਗਿਆਨੀ ਅੰਗਰੇਜ਼ ਸਿੰਘ ਜੀ ਦਾ, ਜਿਨ੍ਹਾਂ ਨੇ ਆਪ ਜੀ ਦੇ ਦਰਸ਼ਨ ਕਰਾਉਣ ਵਾਸਤੇ ਸਹਿਯੋਗ ਦਿੱਤਾ। ਪ੍ਰਵਾਨੋ ਦੱਸ ਰਹੇ ਦੀ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।